ਮੈਨੂੰ ਫੁੱਕਣੀ ਆ, ਆ ਦੋ ਢਾਈ ਕਿੱਲੇ ਨੂੰ ਮੈਂ ਕੀ ਸਿਰ ਤੇ ਚੱਕਣਾ ਗਾ। ਮੈਂ ਤਾਂ ਪੀ ਲਈ ਚਾਹ, ਚੱਲ ਮੈਂ ਚੱਲਦੀ ਆ ਹੁਣ, ਮੇਰੀ ਬੱਸ ਨਾ ਲੰਘ ਜੇ। ਚੰਗਾ, ਕਿਉਂ ਕੀ ਹੋ ਗਿਆ? ਨਾਲੇ ਅਵਤਾਰ ਬਾਈ ਨੂੰ ਮਿਲ ਜਾਂਦੀ, ਨਾਲੇ ਭਾਬੀ ਆਉਂਦੀ ਹੈਗੀ ਬਾੜੇ ਚੋਂ, ਤੇ ਅੱਡੇ ਤੋਂ ਜਦੋਂ ਉਤਰਦੀ ਹੈ ਉਦੋਂ ਲੋਕ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ ਵੀ ਇਹਨਾਂ ਦੀ ਕੁੜੀ ਨਾ ਰੋਜ਼ ਦਿਹਾੜੀ ਤੁਰੀ ਰਹਿੰਦੀ ਹੈ। ਗੱਲ ਸੁਣ, ਇਹਦਾ ਮਤਲਬ ਵੀ ਕੁੜੀ ਆਵੇ ਨਾ ਇੱਥੇ। ਲੈ ਦੇਖ ਲਓ, ਮਾਂ ਤਾਂ ਹਰ ਇੱਕ ਗੱਲ ਨੂੰ ਪੁੱਠੀ ਲੈ ਕੇ ਜਾਂਦੀ ਆ। ਹੋ ਹੋ, ਰੱਬ ਦਾ ਵੀ ਪਤਾ ਹੀ ਨਹੀਂ ਲੱਗਦਾ, ਐਡੀ ਐਡੀ ਧੁੱਪ ਕੱਢ ਰੱਖੀ ਹੈ, ਨਾਲੇ ਮੀਂਹ ਪਾਈ ਜਾਂਦਾ ਗਾ, ਭਿਉਂ ਕੇ ਰੱਖਤਾ ਸਾਰਾ। ਮੈਨੂੰ ਲੱਗਦਾ ਫੋਨ ਫੂਨ ਵੀ ਨਾ ਭਿੱਜ ਗਿਆ ਹੋਵੇ ਇਹਦੇ ਵਿੱਚ। ਆ ਮਾਂ ਦਾ ਵੀ ਨਾ ਜੀ ਨਹੀਂ ਲੱਗਦਾ, ਰੋਜ਼ ਹੀ ਫੋਨ ਕਰ ਲੈਂਦੀ ਹੈ ਮੈਨੂੰ। ਚਲੋ ਵੀ ਮੇਰੇ ਭਲੇ ਵਾਸਤੇ ਹੀ ਕਰਦੀ ਹੈ, ਵੀ ਚਲ ਮਿਲ ਜੂਗੀ, ਜੀ ਤਾਂ ਮੇਰਾ ਵੀ ਨਹੀਂ ਲੱਗਦਾ। ਭੈਣੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਤੂੰ ਪਿੰਡ ਗਈ ਨਹੀਂ ਹਜੇ? ਉਹ ਗਈ ਸੀ, ਹੁਣੀ ਆ ਰਹੀ ਹਾਂ ਪਿੰਡੋਂ ਹੀ। ਭੈਣੇ ਰੋਜ਼ ਦਿਹਾੜੀ ਆਉਣਾ ਮਾੜਾ ਹੁੰਦਾ ਹੈ। ਲੈ ਮਾੜੇ ਨੂੰ ਦੱਸ ਕੀ ਇਹ ਹੋਗਾ, ਮੈਂ ਤਾਂ ਮੇਰਾ ਪੇਕੇ ਦਾ ਘਰ, ਮੈਂ ਜਦੋਂ ਮਰਜ਼ੀ ਆਵਾਂ ਜਾਵਾਂ। ਨਾਲੇ ਮਾਂ ਤਾਂ ਗਈ ਹੋਈ ਹੈ। ਮੈਨੂੰ ਪਤਾ ਹੈ, ਮਾਂ ਨੇ ਮੈਨੂੰ ਫੋਨ ਕੀਤਾ ਸੀ, ਕਿਤੇ ਨਹੀਂ ਗਈ ਹੋਈ, ਮਾਂ ਘਰੇ ਹੀ ਹੈ। ਨਾਲੇ ਉਹੀ ਨਾ ਥੋੜਾ ਆਇਆ ਵੀ ਇਹ ਆਵੇ ਨਾ, ਤੁਸਾਂ ਇਹਨੂੰ ਦੇਖ ਕੇ ਰਾਜੀ ਨਹੀਂ, ਜਰਤੇ ਨਹੀਂ ਤਾਂ ਦੋਹੇ ਭਾਈ ਥੋਨ ਤਾਂ ਆਇਆ ਵੀ ਤੁਹਾਡੀ ਜ਼ਮੀਨ ਆਉਣਾ, ਮੈਂ ਤੁਹਾਡੀ ਜ਼ਮੀਨ ਫੁੱਕਣੀ ਆ, ਆ ਦੋ ਢਾਈ ਕਿੱਲੇ ਨੂੰ ਮੈਂ ਕੀ ਸਿਰ ਤੇ ਚੱਕਣਾ ਗਾ। ਉਈ ਮਾਰੀ ਇਹਨਾਂ ਗੱਲਾਂ, ਮੈਂ ਤਾਂ ਮੇਰੀ ਮਾਂ ਦਾ ਦਿਨ ਵੀ ਆਉਂ ਤੇ ਰਾਤ ਵੀ ਆਉਂ, ਉਈ ਮਾਰੀ ਜਾਂਦੀ ਹੋ। ਚੱਲ ਜਾ ਪਰਜਾਈ, ਚੜਦਾ ਹੀ ਨਹੀਂ ਹੈਗਾ, ਪਰਜਾਈ ਪਾਥੀਆਂ ਪਥੀਆਂ ਨੇ ਜਾ। ਕੋਈ ਨਾ, ਪੱਥ ਲੈਂਦੇ ਪਾਥੀਆਂ, ਵਗ ਜਾ ਪਰੇ। ਲੱਗਦਾ ਨੰਗ ਗਈ ਬਾਗੀ। ਆਪੇ ਮਾਮਾ ਧੀਆਂ ਚਾਹ ਕਰਕੇ ਪੀ ਲੈਣਗੀਆਂ। ਮੈਂ ਇੱਥੇ ਗੋਹਾ ਪੱਥਾਂ ਪਾਥੀਆਂ ਠੀਕ ਕਰਾਂ ਕਿ ਇਹਨਾਂ ਨੂੰ ਬਿੰਦੇ ਝੱਟੇ ਚਾਹਾਂ ਕਰਕੇ ਦੇਵਾਂ। ਨਾਲੇ ਗੱਗੇ ਨੇ ਕਿਹਾ ਵੀ ਭਰਜਾਈ ਇੱਥੇ ਪਾਥੀਆਂ ਪਾਥਦੀ ਆ, ਪਰ ਕਿਉਂ ਗੋਹੇ 'ਚ ਪੈਰ ਲਿਬੜਦੇ ਨੇ, ਆਪੇ ਕਰ ਲੈਣੀਆਂ, ਕਰੀ ਤੋਂ ਹੀ ਜਾਊਂ ਮੈਂ ਵੀ। ਲੈ ਫੋਨ ਕੀਤਾ ਸੀ, ਹਜੇ ਤੱਕ ਆਈ ਨੀ, ਆ ਗਈ। ਮੈਂ ਤਾਂ ਤੈਨੂੰ ਡਿੱਕੀ ਜਾਂਦੀ ਆ ਕਦੋਂ ਦੀ। ਸਤਿ ਸ਼੍ਰੀ ਅਕਾਲ ਮਾਂ। ਸਤਿ ਸ਼੍ਰੀ ਅਕਾਲ ਪੁੱਤ, ਹੋਰ ਠੀਕ ਹੋ? ਮੈਂ ਤਾਂ ਠੀਕ ਆ, ਤੂੰ ਦੱਸ। ਮੈਂ ਵਧੀਆ ਹਾਂ ਬੈਠੀ। ਪਰ ਰੱਬ ਨੇ ਕੀ ਕਰ ਰੱਖਿਆ ਹੈ, ਆ ਦੇਖ ਲਾ ਮੈਨੂੰ ਤਾਂ ਭਿਉਂਤਾ। ਚੱਲ ਕੋਈ ਨਾ ਪੁੱਤ, ਇਹ ਤਾਂ ਸੁੱਕ ਜਾਊਗਾ, ਭਿੱਜੇ ਭਜਾਏ ਕੀ ਗੱਲ, ਘਰੇ ਆਉਣਾ ਸੀ ਕਿਹੜਾ, ਕਿਤੇ ਦੂਰ ਜਾਣਾ। ਹੋਰ ਇਹ ਤਾਂ ਹੈ, ਮੈਂ ਤਾਂ ਤੈਨੂੰ ਡਿੱਕੀ ਜਾਂਦੀ ਸੀ, ਮੈਂ ਕਿਹੜੇ ਵੇਲਿਆਂ ਦਾ ਫੋਨ ਕੀਤਾ, ਹਜੇ ਤੱਕ ਆਈ ਨੀ। ਉਹੀ ਤਾਂ ਗੱਲ ਆ ਮਾਂ, ਬੱਸ ਤੈਨੂੰ ਪਤਾ ਹੀ ਆ ਬੱਸਾਂ ਦਾ। ਨਾਲੇ ਉਹ ਪਰਾਂ ਪਾਥੀਆਂ ਪੱਥਣ ਗਈ ਹੋਈ ਆ ਕਿ, ਮੈਂ ਕਿਹਾ ਉਦੋਂ ਸਮਾਨ ਲੈ ਕੇ ਮੁੜ ਜਾਏਂਗੀ ਤੂੰ। ਉਹ ਤਾਂ ਮੈਨੂੰ ਪਤਾ ਲੱਗ ਗਿਆ ਵੀ ਉਹ ਬਾੜੇ 'ਚ। ਤੈਨੂੰ ਕੀ ਪਤਾ? ਆਹਾ, ਚਾਚੇ ਦਾ ਮੁੰਡਾ ਮਿਲਿਆ ਸੀ ਗੱਗੀ, ਉਹੀ CID। ਅੱਛਾ, ਹੋਰ ਮੈਨੂੰ ਕਹਿੰਦਾ ਤੂੰ ਗਈ ਨੀ ਭੈਣੇ ਹਜੇ, ਮੈਂ ਕਿਹਾ ਮੈਂ ਤਾਂ ਮੇਰੇ ਸਹੁਰਾ ਤੋਂ ਹੀ ਆ ਰਹੀ ਹਾਂ। ਲੈ ਕਹਿੰਦਾ ਤੂੰ ਰੋਜ਼ ਹੀ ਆਈ ਰਹਿੰਦੀ ਆ, ਮੈਂ ਕਿਹਾ ਤੇਰਾ ਕੀ ਢਿੱਡ ਪੀੜ ਹੁੰਦਾ ਦੱਸ। ਨਾ ਮਰ ਜਾਣਿਆ ਤੇਰਾ ਕੀ ਕਿਰਾਇਆ ਲੱਗਦਾ ਗਾ, ਤੂੰ ਕਦੇ ਵਾਸਤੇ ਕਹਿੰਦਾ ਕਦੇ। ਹਾਂ ਤੇ ਨਾਲੇ ਉਹਦਾ ਕੀ ਮਤਲਬ ਆਪਣੇ ਘਰ ਤੇ ਨਿਗਾਹ ਰੱਖਣ ਦਾ? ਆਹੋ ਮੈਨੂੰ ਕਹਿੰਦਾ ਚੰਗਾ, ਕਹਿੰਦਾ ਠੀਕ ਆ, ਕਹਿੰਦਾ ਪਰ ਜਾਈ ਕਹਿੰਦਾ ਪਾਥੀਆਂ ਪੱਥੀਆਂ ਦੇ ਕਹਿੰਦਾ ਮਿਲ ਲਾ। ਮੈਂ ਕਿਹਾ ਕੋਈ ਨਾ ਮਿਲ ਲੂ, ਤੈਨੂੰ ਕੀ ਫਿਕਰ ਆ, ਮੈਂ ਮਿਲਾਂ ਚਾਹੇ ਨਾ ਮਿਲਾਂ। ਤੈਨੂੰ ਕੀ ਫਿਕਰ ਆ, ਕਹਿੰਦੇ ਸਾਡੇ ਘਰ ਦਾ। ਉਹ ਮਾਂ ਉਹੀ ਬਾੜ 'ਚ ਬੋਈਏ ਤੜਾਉਂਦੇ ਫਿਰੀ ਜਾਂਦੇ ਨੇ। ਪਤਾ ਨੀ ਭਾਈ ਕਿਉਂ ਸੀ ਐਡੀਆਂ ਰੱਖਦਾ ਗਾ ਇਹ, ਅਣ ਹੋਇਆ ਜਾ। ਮੇਰੀ ਗੱਲ ਸੁਣ, ਹੁਣ ਆਪਾਂ ਸਮਾਨ ਜਾ ਪਾਈਏ। ਹਾਂ ਕਿਤੇ ਭਾਬੀ ਆ ਵੀ ਨਾ ਜਾਵੇ, ਫਿਰ ਤੈਨੂੰ ਪਤਾ ਹੀ ਆ ਗੱਲਾਂ ਬਣਾਉਣ ਲੱਗੇ ਮਿੰਟ ਲਾਉਂਦੇ ਆ। ਆ ਜਾ ਪਹਿਲਾਂ ਆਪਣਾ ਕੰਮ ਕਰ ਦਈਏ, ਫਿਰ ਚਾਹ ਪਾਣੀ ਪੀਤਾ ਜਾਊ, ਠੀਕ ਹੈ? ਨਹੀਂ ਫਿਰ ਮੇਰੀ ਬੱਸ ਆ ਜਾਊਗੀ। ਚੱਲ ਚੱਲ ਚੱਲ। ਪੀ ਲਈ ਪੁੱਤਾਂ? ਆ ਚੱਕ ਮਾਂ, ਮੈਂ ਤਾਂ ਪੀ ਲਈ ਚਾਹ, ਚੱਲ ਮੈਂ ਚੱਲਦੀ ਹਾਂ ਹੁਣ, ਮੇਰੀ ਬੱਸ ਨਾ ਲੰਘ ਜੇ। ਚੰਗਾ ਚੱਲ, ਚੰਗਾ ਮਾਂ। ਮੇਰੀ ਗੱਲ ਸੁਣ, ਹਾਂ ਜੇ ਰਾਹ 'ਚ ਮਿਲ ਗਈ ਦਿਖਾਈ ਨਾ ਇਹਨੂੰ,
ਉਹ ਮੈਂ ਕੀ ਦਿਖਾਉਣਾ, ਨਾਲੇ ਉਹਨੂੰ ਕੀ ਪਤਾ ਲੱਗਣਾ। ਨਾਲੇ ਇਹ ਦੇਖ ਲਵਾਂ, ਸਾਰਾ ਦੁਪਹਿਰਾ ਨਿਕਲ ਗਿਆ, ਐਂ ਤਾਂ ਪਤਾ ਲੱਗ ਹੀ ਗਿਆ ਉਹ ਵੀ ਮੈਂ ਆਈ ਹੋਈ ਆ। ਸਾਰਾ ਦੁਪਹਿਰਾ ਬਾੜੇ ਚ ਕੱਢੇ ਹੁੰਦੀ ਆ, ਮਾੜੀ ਮੋਟੀ ਗੌਰ ਰੱਖਿਆ ਕਰ ਉਹਦੀ। ਭੈਣੇ ਬਹਾਨੇ ਲੈਂਦੀ ਆ ਕੰਮ ਦੇ, ਉਹਨੂੰ ਆਏ ਆ ਵੀ ਆ ਗਈ ਹੋਣੀ ਘਰੇ, ਮੈਨੂੰ ਕੰਮ ਕਰਵਾਉਣਾ ਪਊਗਾ। ਨਹੀਂ ਕੰਮ ਨੂੰ ਮਾਂ ਮੈਂ ਦੱਸ ਕੇ ਇੱਥੇ ਬੋਈਏ ਲੈਣ ਆਈ ਸੀ। ਚੱਲ ਚੰਗਾ, ਉਹਦੇ ਸਾਹਮਣੇ ਥੋੜੀ ਦੇ ਸਕਦੀ ਸੀ। ਚੱਲ ਚੰਗਾ ਮਾਂ, ਮੈਂ ਚੱਲਦੀ ਆ, ਤੇ ਮਾੜਾ ਨਾਲੇ ਖਿੱਚ ਕੇ ਰੱਖਿਆ ਕਰ ਇਹਨੂੰ। ਚੰਗਾ, ਐਂ ਤਾਂ ਤੇਰਾ ਸਿਰ ਝੜ ਜੂਗੀ। ਆ ਬਥੇਰਾ ਖਿੱਚ ਕੇ ਰੱਖੀ ਦੀ ਆ, ਮੈਨੂੰ ਤੂੰ ਭਲੀ ਮਾਨਸ ਸਮਝ ਲਿਆ। ਮੈਂ ਤਾਂ ਬਾਰਾ ਪੱਤਣਾ ਦੀ ਤਾਰੂ ਆਗੀ। ਲੈ ਵਧੀਆ ਹੋ ਗਿਆ, ਕੁੜੀ ਲੈ ਕੇ ਸਮਾਨ ਮੁੜ ਗਈ, ਇੱਕ ਅੱਧੇ ਦਿਨ ਨੂੰ ਫੇਰ ਆ ਜੂਗੀ, ਫੇਰ ਲੈ ਜੂਗੀ। ਹੋਰ ਇਹਨਾਂ ਨੇ ਕਿਹੜਾ ਨਾਮ ਨੇਕੀ ਦੇਣੀ ਆ ਗੀ, ਜਿੰਨਾ ਧੀ ਨੂੰ ਦੇਦਾ ਉਨਾ ਹੀ ਥੋੜਾ। ਹਜੇ ਤੱਕ ਨਹੀਂ ਆਈ, ਬਸ ਬਿਨਾ ਲੰਘ ਜੇ ਕਿਤੇ। ਲੈ ਆ ਕਿੱਥੋਂ ਲੈ ਕਾਲੇ ਮੂੰਹ ਵਾਲਾ। ਭੈਣੇ ਚੱਲੀ ਵੀ ਤੂੰ? ਬੇ ਹਾਂ ਚੱਲੀ, ਕਿਉਂ ਕੀ ਹੋ ਗਿਆ? ਨਾਲੇ ਅਵਤਾਰ ਮੋਬਾਈ ਨੂੰ ਮਿਲ ਜਾਂਦੀ, ਨਾਲੇ ਭਾਬੀ ਆਉਂਦੀ ਹੈਗੀ ਬਾੜੇ ਚੋਂ। ਚੱਲ ਕੋਈ ਨਾ, ਉਹ ਤਾਂ ਮੈਂ ਆਪੇ ਮਿਲੂ, ਫੇਰ ਮਿਲੂ, ਕਿਧਰੇ ਨੇ ਮੇਰੀਆਂ ਬਾਹਾਂ ਆਕੜੀਆਂ ਹੈਗੀਆਂ। ਚੱਲ ਠੀਕ ਆ। ਨਾਲੇ ਆ ਬੈਗ 'ਚ ਕੀ ਹੈ? ਲੈ ਬੈਗ 'ਚ ਕੁਛ ਮਰਜ਼ੀ ਹੋਵੇ, ਤੈ ਬੈਗ ਤੋਂ ਟੰਡੀਆਂ ਲੈਣੀਆਂ ਨੇ, ਮਰਦਾ ਗੱਲਾਂ ਹੋਈ। ਮਿਲ ਜੀ ਭਾਬੀ ਨੂੰ, ਵੱਡਾ ਭਾਬੀ ਦਾ ਹੇਜਲਾ। ਇਹਨਾਂ ਮਾਵਾਂ ਧੀਆਂ ਨੇ ਏਕਾ ਕਰ ਰੱਖਿਆ, ਭੈਣ ਖਾਲੀ ਹੱਥ ਆਉਂਦੀ ਹੈ, ਭਰ ਕੇ ਬੈਗ ਲੈ ਜਾਂਦੀ ਹੈ। ਕਰਦੇ ਹਾਂ ਬਾਈ ਅਵਤਾਰ ਨਾਲ ਗੱਲ, ਚੱਲ ਦੱਸਦੇ ਹਾਂ। ਭਰਜਾਈ ਤਾਂ ਹੁਣ ਆਉਂਦੀ ਹੈ ਬਾੜੇ ਚੋਂ, ਇਹਨੂੰ ਕੀ ਪਤਾ ਭੈਣ ਕਦੋਂ ਆਈ ਕਦੋਂ ਬਾਗੀ। ਮਾਂ ਮੈਂ ਭੈਣ ਨੂੰ ਦੇਖਿਆ ਸੀ ਘਰੇ ਆਉਂਦੀ ਨੂੰ, ਕਿੱਧਰ ਵਾਗੀ ਦਿਸਦੀ ਨੀ ਹੈਗੀ ਗੀ। ਕਦੋਂ ਭੈਣ ਆਈ, ਕਦੋਂ ਵਾਗੀ? ਕਿ ਚਾਚੇ ਕੇ ਘਰੇ ਵਾਗੀ? ਉਧਰ ਨੀ, ਇੱਥੇ ਕੱਲੀ ਨੂੰ ਬੋਲੀ ਜਾਂਦੀ ਆ, ਕਿ ਸਿਰ ਨੂੰ ਗਰਮੀ ਚੜ ਗਈ। ਜਦੋਂ ਮਾਂ ਗਰਮੀ ਹੈਗੀ ਆ ਤਾਂ ਗਰਮੀ ਸਿਰ ਨੂੰ ਚੜੂਗੀ ਹੋਈ, ਆ ਦੋ ਕਣੀਆਂ ਪਾ ਕੇ ਜ਼ਿਆਦਾ ਗਰਮੈਸ਼ ਕਰ ਦਿੰਦਾ ਗਾ। ਆਹੋ ਗਰਮੈਸ਼ ਤਾਂ ਕਰ ਦਿੰਦਾ, ਤੇ ਤੂੰ ਇੰਨਾ ਟਾਈਮ ਲਾਇਆ ਈ। ਗੋਹਾ ਹੀ ਬਾਹਲੇ ਦਿਨਾਂ ਦਾ ਸੀ, ਪੱਥਰ ਵਾਲਾ, ਨਾਲੇ ਥੱਲਣ ਵਾਲੀਆਂ ਸੀਗੀਆਂ, ਤੇ ਚਾਹ ਚੂਹ ਤਾਂ ਤੁਸੀਂ ਕਰਕੇ ਪੀ ਲਈ ਹੈ। ਹੋਰ ਫਿਰ ਮੈਂ ਤਾਂ ਕਰਕੇ ਦੇਣੀ ਸੀ ਕੁੜੀ ਨੂੰ ਚਾਹ। ਮੈਂ ਤਾਂ ਸੋਚਿਆ ਸੀ, ਮੈਂ ਕਿਹਾ ਮੈਂ ਹੁਣ ਜਾ ਕੇ ਰੋਟੀ ਰੋਟੀ ਬਣਾ ਕੇ ਦਿੰਨੀ ਆ ਭੈਣ ਨੂੰ, ਤੇ ਚੱਲ ਹੁਣ ਉਹ ਤਾਂ ਬਾਗੀ ਭੈਣ। ਉਹ ਤਾਂ ਬਾਗੀ, ਉਹ ਤਾਂ ਗਾਹਾਂ ਗਈ ਸੀਗੀ, ਉਹਨੂੰ ਆਏ ਸੀ ਵੀ ਜਾਂਦੀ ਜਾਂਦੀ ਚੱਲ ਇਹਨਾਂ ਨੂੰ ਮਿਲ ਜਾਂਦੀ ਆ, ਮਾਂ ਨੂੰ ਮਿਲ ਜਾਂਦੀ ਆ, ਤੇ ਉਹ ਮੁੜ ਕੇ ਉਹਦੀ ਬੱਸ ਦਾ ਟਾਈਮ ਹੋ ਗਿਆ ਸੀ। ਚੱਲ ਉਹਦੀ ਮਰਜ਼ੀ, ਜਿਵੇਂ ਉਹਨੂੰ ਠੀਕ ਲੱਗਦਾ। ਮਾਂ ਮੈਂ ਤਾਂ ਹੀ ਕਹਿੰਦੀ ਸੀ, ਮੈਂ ਆਉਂਦੀ ਆਉਂਦੀ ਨਾ ਉਹਨਾਂ ਦੇ ਵੀਰੇ ਦੀ ਬਹੂ ਨੂੰ ਪੁੱਛ ਕੇ ਆਈ ਸੀਗੀ। ਅੱਛਾ, ਤੇ ਉਹ ਕਹਿੰਦੀ ਵੀ ਮੇਰੇ ਕੋਲ ਟਾਈਮ ਹੈਗਾ, ਮੈਂ ਸੂਟ ਸਿਉ ਦੂੰਗੀ। ਤੇ ਸਮਾਂ ਲੈ ਫਿਰ, ਸਮਾਂ ਤਾਂ ਲੈਣੀ ਆ ਫਿਰ। ਜਿਹੜਾ ਤੂੰ ਸੂਟ ਕਹਿੰਦੀ ਸੀ ਤੇਰੇ ਪਸੰਦ ਨੀ, ਨਿੱਕੀ ਜਿਹੀ ਬੂਟੀ ਵਾਲਾ, ਤੂੰ ਨਾਨਕਿਆਂ ਤੋਂ ਲਿਆਈ ਸੀ, ਮੈਨੂੰ ਉਹ ਦੇ ਦੇ ਕੱਢ ਕੇ, ਮੈਂ ਲੈਸ ਲੂਸ ਲਵਾ ਕੇ ਸਮਾ ਲੂੰਗੀ। ਪਤਾ ਨੀ ਭਾਈ ਹੁਣ ਤਾਂ ਮੈਂ ਤਾਂ ਕਿੱਥੇ ਸੜਤਾ, ਥੱਲੇ ਥੁੱਲੇ ਦੱਬਿਆ ਗਿਆ ਹੋਣਾ, ਹੁਣ ਕਿੱਥੇ ਮੈਥੋਂ ਨਿਕਲਦਾ ਗਾ, ਨਾਲੇ ਇੰਨਾ ਮੱਥਾ ਵੱਜਦਾ ਨੀ। ਮੈਂ ਤੇਰੇ ਨਾਲ ਲੱਗਦੀ ਆ ਮਾਂ, ਮੈਂ ਕਰਵਾ ਦਿੰਦੀ ਆ ਜਿਹੜਾ ਕੁਛ ਚੱਕਰ ਕਰਨ ਵਾਲੀ ਆ, ਹੁਣ ਨਾਲੇ ਚਾਹ ਚੋ ਪੀਤੀ ਹੋਈ ਆ, ਹੁਣ ਤੂੰ ਮੇਰੇ ਨਾਲ 2 ਮਿੰਟ ਲੱਗ ਕੇ ਕੱਢ ਦੇ, ਮੈਂ ਫੜਾਇਆ ਮਾਂ। ਕੋਈ ਨੀ, ਉਹ ਫੇਰ ਦੇਖ ਲੂੰਗੀ, ਤੇਰੇ ਕੋਲ ਕੋਈ ਪਿਆ ਹੋਣਾ ਉਹ ਸਮੈ ਲੈਣੇ। ਮੇਰੇ ਕੋਲ ਕੋਈ ਨੀ ਮਾਂ, ਤੈਨੂੰ ਪਤਾ ਤਾਂ ਹੈਗਾ ਮੇਰੇ ਕੋਲ ਕਿੱਥੋਂ ਆਏਗੇ, ਜਿਹੜੇ ਸੀਗੇ ਮੈਂ ਸੰਭਾਲੇ, ਤੂੰ ਉਹਦੀ ਤਾਂ ਆਪ ਤਾਂ ਕਹਿੰਦੀ ਸੀ ਵੀ ਆ ਤੂੰ ਸੰਭਾਲੀ, ਹੁਣ ਦੇ ਦੇ, ਮੈਂ ਮੰਗੀ ਆ ਨੀ, ਤੂੰ ਦਿੰਦੀ ਨੀ। ਨਾ ਉਹਨਾਂ ਨੂੰ ਕੀ ਹੋ ਗਿਆ ਫਿਰ, ਜਿਹੜੇ ਤੇਰੇ ਸਿਉਂਤੇ ਹੋਏ ਸੀਗੇ ਉਹ ਪਾਲੀ, ਉਹ ਕੀ ਮੇਲੇ ਹੋ ਗਏ? ਮਾਂ ਹੁਣ ਘਸੇ ਜੇ ਪਏ, ਹੁਣ ਉਹਨਾਂ ਦੀ ਉਹ ਗ੍ਰੇਸ ਜੇ ਨੀ ਹੈਗੀ ਕਿ ਤੂੰ ਮੈਨੂੰ ਦੇ ਦੇਣਾ ਕੱਢ ਕੇ ਐਂ ਕਿਉਂ ਕਰਦੀ ਹੁੰਨੀ ਹੈਗੀ? ਹੁਣ ਤਾਂ ਮੈਥੋਂ ਨਿਕਲਦੇ ਨੀ, ਜਦੋਂ ਕਿਤੇ ਟਾਈਮ ਲੱਗਿਆ ਮੈਂ ਕੱਢ ਦੂੰਗੀ।
ਚੱਲ ਤੇਰੀ ਮਰਜ਼ੀ ਆ, ਮੇਰੇ ਵਾਰੀ ਤਾਂ ਤੂੰ ਆਈ ਕਹਿੰਦੀ ਬਣੀ ਆਂਗੀ। ਤੂੰ ਤਾਂ ਬਹਿਸ ਕਰਨ ਲੱਗ ਜਾਂਦੀ ਆਗੀ, ਜੋ ਤੈਨੂੰ ਮੈਂ ਇੱਕ ਵਾਰੀ ਕਹਿਤਾ ਗੱਲ ਸਮਝਦੇ ਕਿਉਂ ਨੀ ਗੀ? ਕੁੜੀ ਨੂੰ ਦੇਤਾ ਹੁਣ ਸੂਟ, ਤੈਨੂੰ ਕਿੱਥੋਂ ਦੇਦਾ? ਮਰੀ ਜਾਂਦੀ ਆ ਪਕਾਈ, ਤੇਰੇ ਵਾਸਤੇ ਲਿਆਂਦਾ ਸੀਗਾ ਪੇਕਿਆਂ ਤੋਂ, ਆਪਦੀ ਧੀ ਵਾਸਤੇ ਲਿਆਂਦਾ ਸੀ, ਜਿਹੜੀ ਸਮਿਆ ਕੇ ਪਾਊਗੀ। ਤੂੰ ਕਿੰਨਾ ਕਰਨਾ, ਮੇਰੀ ਧੀ ਤਾਂ ਨਾ ਕਰੂ, ਮੇਰੀ ਮਾਂ ਨੇ ਦਿੱਤਾ। ਅੱਜ ਤਾਂ ਇਕੱਲੇ ਗੰਢੀ ਬਣਾ ਲੈਨੇ, ਲੈ ਕੱਦੂ 100 ਰੁਪਏ ਕਿਲੋ ਹੋਏ ਪਏ ਆ, ਕਿਹੜਾ ਧਰ ਧਰ ਖਾਵੇ, ਤੇ ਸੁੱਕੀਆਂ ਦਾਲਾਂ ਨਾਲ ਅੱਡ ਤਜਾਬ ਬਣਦੇ ਨੇ। ਨਾਲੇ ਤਾਂ ਮਾਂ ਕੋਲ ਗੰਢੇ ਚੀਰ ਲੈਨੀ ਆ, ਨਾਲੇ ਉਹਨੂੰ ਬਹਾਨੇ ਨਾਲ ਸੂਟ ਮੰਗ ਲੈਨੀ ਆ, ਕੀ ਪਤਾ ਦੇਈ ਦੇਵੇ ਪੇਕੀ ਨਵਾਂ ਸੂਟ ਪਾ ਕੇ ਵਗ ਜੂ। ਲੈ ਮੈਂ 4 ਕੁ ਗੰਢੇ ਚੀਰ ਦੇ, ਦਾਲ ਬਣਾ ਲਾਂਗੇ ਦੁੱਧ ਜਾ ਪਾ ਕੇ। ਤੇ ਹੋਰ ਕਿੱਥੇ ਮਹਿੰਗੇ ਪਾ ਦੀਆਂ ਸਬਜ਼ੀਆਂ ਧਰੀਆਂ ਜਾਂਦੀਆਂ, ਗੰਢੇ ਗੁੰਡੇ ਨਾਲ ਹੀ ਟਾਈਮ ਪਾਸ ਕਰ ਲਓ, ਤਾਂ ਸਸਤੇ ਪਾ ਦੇ ਗੰਢੇ ਲੈਤੇ ਹੋਏ ਨੇਗੇ। ਹੁਣ ਤੈਨੂੰ ਪਤਾ ਵੀ ਮਹਿੰਗਾਈ ਹੋ ਗਈ ਜ਼ਿਆਦੇ। ਹੋਰ ਮਾਂ ਮਹਿੰਗਾਈ ਦਾ ਕਰਕੇ ਤਾਂ ਮੈਂ ਕਹਿੰਦੀ ਸੀ ਵੀ ਹੁਣ ਤੇਰੀ ਪੇਟੀ 'ਚ ਸੂਟ ਪਏ ਨੇਗੇ, ਜੇ ਤੂੰ ਮੈਨੂੰ ਹੁਣ ਸੂਟ ਦੇ ਦਿੰਦੀ ਕੱਢ ਕੇ, ਹੁਣ ਤਾਂ ਠੰਡ ਹੋ ਗਈ ਹੱਥ ਨੂੰ ਹੋ ਚੱਲਿਆ। ਕੁੜ ਕਿਹੜੇ ਸੂਟ ਪਏ ਨੇ, ਤੈਨੂੰ ਕਹੇ ਤਾਂ ਨਾ ਵੀ ਇੱਥੋਂ ਥੱਲੇ ਥੱਲੇ ਦੱਬੇ ਗਏ। ਚੱਲ ਮਾਂ ਉਹਦਾ ਨਾਨਕਿਆਂ ਵਾਲਾ ਤਾਂ ਦੱਬਿਆ ਗਿਆ, ਉਹ ਆ ਜਿਹੜੇ ਥੋੜੇ ਕੁ ਦਿਨ ਹੋ ਗਏ ਇੱਥੋਂ ਸੇਲ ਤੋਂ ਲਈ ਜਾਂਦੀਆਂ ਸੀ, ਤੂੰ ਤੇ ਚਾਚੀ ਉਹ ਦੇ ਦੇ, ਤੂੰ ਹੋਰ ਲੈ ਲਈ। ਮੇਰੀ ਗੱਲ ਸੁਣ ਲੈ ਪੁੱਤ, ਸਾਰੇ ਸੂਟ ਮੈਂ ਥੱਲੇ ਸਿੱੜਤੇ, ਉੱਤੇ ਧਰਤੇ ਸਾਰੇ ਬਿਸਤਰੇ, ਦਰੀਆਂ ਦੱਪੇ ਖੇਸ ਕੱਪੇ। ਫਿਰ ਐਂ ਕਿਉਂ ਕਰਦੀਆਂ, ਖੋਲ ਲੈ ਪੇਟੀ, ਨਾਲ ਮੈਂ ਲੱਗ ਜਾਂਦੀ ਆ। ਨਾ ਮੈਥੋਂ ਨੀ ਖੋਲੀ ਜਾਂਦੀ, ਮੈਂ ਤਾਂ ਮਸਾ ਬੰਦ ਕੀਤੀ ਆ, ਸੱਚੀ ਗੱਲ ਆ ਭਰੀ ਪਈ ਆ ਗੀ। ਫਿਰ ਚਾਬੀ ਦੇ ਦੇ ਮਾਂ, ਮੈਂ ਆਪੇ ਕੱਢ ਲੈਣੀ ਆ। ਚਾਬੀ ਦੇ ਦੇ, ਕਿਉਂ ਕਾਹਤੋਂ ਦੇਦਾ ਚਾਬੀ? ਦੇ ਦੇ ਨਾ ਮਾਂ, ਤੂੰ ਭੈਣ ਨੂੰ ਵੀ ਤਾਂ ਦੇ ਦਿੰਦੀ ਆ ਚਾਬੀ, ਉਹ ਵੀ ਤਾਂ ਪੇਟੀ ਖੋਲ ਹੀ ਲੈਂਦੀ ਆ ਕੇ। ਮੇਰੀ ਗੱਲ, ਪਹਿਲੀ ਗੱਲ ਤਾਂ ਵੀ ਉਹਦੇ ਚ ਮੇਰੀ 100 ਚੀਜ਼ ਪਈ ਆ ਪੇਟੀ ਚ, ਕਾਗਜ਼ ਪੱਤਰ 100, ਕੋਈ ਕਿਸੇ ਦਾ ਦੇਣਾ ਲੈਣਾ, ਠੀਕ ਹੈ? ਤੇ ਦੂਜੀ ਗੱਲ, ਉਹ ਇਸ ਘਰ ਦੀ ਧੀ ਸੀ ਤਾਂ ਉਹਨੂੰ ਚਾਬੀ ਫੜਾਉਂਦੀ ਸੀ, ਤੂੰ ਨੂੰ ਹੈ ਨਾ। ਮੈਂ ਧੀ ਨੀ ਹੈਗੀ ਗੀ, ਮੈਂ ਦਿਨ ਰਾਤ ਤੁਹਾਡੇ ਲਈ ਖੱਪਦੀ ਫਿਰਦੀ ਆ, ਮੇਰਾ ਇੰਨਾ ਹੱਕ ਵੀ ਨੀ ਵੀ ਮੈਂ ਪੇਟੀ ਖੋਲ ਸਕਾਂ। ਨਾ ਨਾ ਭਾਈ, ਨੂੰਹਾਂ ਤੇ ਕੋਈ ਵਿਸ਼ਵਾਸ ਨੀ ਅੱਜ ਕੱਲ, ਧੀ ਤੇ ਤਾਂ ਫਿਰ ਵੀ ਵਿਸ਼ਵਾਸ ਹੁੰਦਾ, ਧੀ ਲੁਜਦੀ ਹੁੰਦੀ ਆ ਪੇਕਿਆਂ ਨੂੰ। ਨੂੰਹਾਂ ਕਾਹਨੂੰ ਲੁਜਦੀਆਂ, ਜਿਹੜੀਆਂ ਤੁਹਾਡੇ ਨਾਲ ਭੁੱਖ ਪਿਆਸ ਕੱਟਦੀਆਂ ਨੇ ਸਾਰਾ ਦਿਨ, ਜੇ ਜੀ ਦਿਨੇ ਉਹ ਜਿਹੀਆਂ ਖਾਣੇ, ਜੇ ਜਾ ਪਹਿਨਣ ਨੂੰ ਕਹਿੰਦੇ ਪਹਿਨ ਦੀਆਂਗੀ, ਮੈਂ ਸਾਰਾ ਦਿਨ ਕਰਦੀ ਆ, ਮੇਰੇ ਲਈ ਤੇਰੇ ਕੋਲ 2 ਸੂਟ ਵੀ ਨਹੀਂ ਹੈਗੇਗੇ। ਜਾ ਕੰਮ ਕਰ, ਨਹੀਂ ਦਿੰਦੇ ਤਨ ਚਾਬੀ ਨਾ ਦੇ, ਮੈਂ ਉਹਦੇ ਪੱਲਿਓਂ ਬਣਾ ਲੂੰਗੀ। ਸਿਰੇ ਚੜਦੀ ਹੈਗੀ, ਜ਼ਿੰਦਗੀ ਕੱਢਦੀ ਆ, ਆਪਦੀ ਖਾਤਰ ਕੱਢਦੀ ਆ, ਮੇਰੀ ਖਾਤਰ ਕੱਢਦੀ ਆ, ਦੁਨੀਆ ਹੀ ਵਿਆਹ ਕਰਾਉਂਦੀ ਆ, ਤੂੰ ਹੁਣ ਔਖਾ ਕਰਾਇਆ ਗਾ। ਆ ਗਈ ਵੱਡੀ ਚਾਬੀ ਲੈਣ, ਚਾਬੀ ਦੇਵਾਂ ਤੈਨੂੰ, ਸੂਟ ਹੋਣਗੇ ਫਿਰ ਹੀ ਦੇਊਂਗੀ ਤੈਨੂੰ ਪਣੀ ਚਾਬੀ ਦੀ। ਇਹਦਾ ਕੀ ਆ, ਤਾਂ ਤੀਜੇ ਦਿਨ ਕੱਢ ਲਿਆ ਕਰੂਗੀ ਸੂਟ ਜੇ ਮੈਂ ਲਿਆਊਂਗੀ, ਲਿਆ ਕੇ ਹੋਰ ਰੱਖੂ, ਕੋਈ ਗੱਲ ਨੀ, ਜਿੱਦੇ ਕੁੜੀ ਆਈ ਉਦੇ ਭੜਕ ਦੇਣੇ ਫੜਾ ਤੂੰ, ਇਹ ਤਾਂ ਲੈ ਜੂਗੀ ਹੋ ਚੁੱਕੇ। ਅਵਤਾਰ ਬਾਈ ਆਉਂਦਾ, ਹੋਰ ਬਾਈ ਅਵਤਾਰ ਠੀਕ ਆ ਕੇ? ਹੋਰ ਠੀਕ ਹੈ? ਹਾਂ ਠੀਕ ਤਾਂ ਪੁੱਛਣਾ ਯਾਰ, ਕਾਹਦਾ ਠੀਕ ਆ, ਕੀ ਗੱਲ ਹੋ ਗਈ? ਹੋਰ ਬਾਹਲੇ ਦੁਖੀ ਆ ਯਾਰ। ਦੁਖੀ ਕਿ ਮੈਂ ਕੋਈ ਗੱਲ ਦਾ ਦੱਸ, ਕਿ ਮੈਂ ਮੁੜਕੋ ਮੁੜਕੇ ਨਾਲੇ ਭੇਜਿਆ ਜਾ ਉਹਨਾਂ। ਪਹਿਲਾਂ ਤਾਂ ਤੈਨੂੰ ਪਤਾ ਪਾਣੀ ਨਹੀਂ ਸੀ ਖੜਦਾ, ਮਸਾਂ ਆਂਡੀਆਂ ਗਵਾਂਢੀਆਂ ਤੋਂ ਲੈ ਕੇ ਮੁੱਠ ਦਾ ਪਾਣੀ ਦਾ ਡੰਗ ਸਾਰਾ ਸੀ, ਹੁਣ ਪਾਣੀ ਦੀ ਮੋਟਰ ਮੱਚ ਗਈ। ਹਾਲੇ ਬਹਿ ਜਾ, ਤੇ ਹੁਣ ਉਹ ਕਹਿੰਦੇ, ਤੈਨੂੰ ਪਤਾ ਸਾਂਝੀ ਮੋਟਰ ਆ, ਸਾਂਝੀ ਦੇ 100 ਸਿਆਪੇ ਹੁੰਦੇ ਨੇ, ਹੁਣ ਉਹ ਕਹਿੰਦੇ ਹਿੱਸੇ ਬੰਦੇ, ਪੈਸੇ ਧਰੋ ਬਈ ਜਿਹਨੇ ਪਾਣੀ ਲਾਉਣਾ। ਅੱਛਾ, ਹੋਰ ਯਾਰ ਐਂ ਪੰਗਾ ਪਿਆ, ਇੱਕ ਕੰਮ ਚੋਂ ਫ੍ਰੀ ਹੁੰਦੇ ਆ, ਦੂਜੇ ਪਾਸੇ ਉਹ ਹੋ ਜਾਂਦਾ। ਬਈ ਮੈਂ ਨਾ ਤੇਰੇ ਨਾਲ ਇੱਕ ਅੱਜ ਗੱਲ ਕਰਨੀ ਸੀਗੀ। ਅੱਛਾ, ਪੈਣ ਆਉਂਦੀ ਖਾਲੀ ਆ, ਭਰ ਕੇ ਇਧਰੋਂ ਬੈਗ ਲੈ ਜਾਂਦੀ ਆ, ਤੇ ਐਵੇਂ ਰੋਜ਼ ਰੋਜ਼ ਆਉਣਾ ਉਹਦਾ ਮਾੜੀ ਗੱਲ ਹੈ। ਇਹ ਤਾਂ ਹੈਗਾ ਗੱਗੇ, ਬੁਰਾ ਲੱਗਦਾ ਬੰਦਾ, ਬੁਰਾ ਲੱਗਦਾ ਹੈ। ਤੇ ਜਦ ਅੱਡੇ ਤੋਂ ਜਦੋਂ ਉਤਰਦੀ ਹੈ, ਉਦੋਂ ਲੋਕ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ ਵੀ ਇਹਨਾਂ ਦੀ ਕੁੜੀ ਨਾ ਰੋਜ਼ ਦਿਹਾੜੀ ਤੁਰੀ ਰਹਿੰਦੀ ਹੈ। ਗੱਗੇ ਮੈਂ ਤਾਂ ਬਥੇਰਾ ਕਹਿਣਾ,
ਪਰ ਮੇਰੀ ਮਾਂ ਨਹੀਂ ਮੰਨਦੀ, ਉਹ ਦੋਹੇ ਮੇਰੇ ਮਗਰ ਪੈ ਜਾਂਦੀਆਂ ਨੇ ਜੇ ਮੈਂ ਕੋਈ ਗੱਲ ਕਹਿਣਾ ਨਾ ਮੇਰੇ ਗੱਲ ਨੂੰ ਆਉਂਦੀਆਂ ਨੇ। ਪੁੱਛਣਾ ਮੈਂ ਤਾਂ ਦੁਖੀ ਹਾਂ, ਇੱਕ ਤਾਂ ਯਾਰ ਪੈਸਿਆਂ ਕਰਨੀ ਦੁਖੀ ਰਹਿੰਦੇ ਹਾਂ, ਜਿਹੜੇ ਚਾਰ ਪੈਸੇ ਕਮਾਉਂਦੇ ਆ ਉਹ ਮੇਰੀ ਮਾਂ ਚੱਕ ਕੇ ਉਹਨੂੰ ਫੜਾ ਦਿੰਦੀ ਆ ਹੈਂ, ਤੇ ਮੇਰੇ ਤੇ ਤਾਂ ਇੰਨਾ ਕਬੀਲਦਾਰੀ ਦਾ ਬੋਝ ਆ ਵੀ ਤੇਰੇ ਸਾਹਮਣੇ ਸਾਰਾ ਦਿਨ ਮੇਰੇ ਤਾਂ ਆਪਦੇ ਕੰਮ ਕਾਰ ਹੀ ਨਹੀਂ ਲੋਟ ਆਉਂਦੇ। ਆਹ ਤੈਨੂੰ ਦੱਸਿਆ ਮੋਟਰ ਦੀ ਗੱਲ, ਹੁਣ ਮੈਨੂੰ ਫਿਕਰ ਹੋਇਆ ਪਿਆ ਵੀ ਪੈਸੇ ਕਿੱਥੋਂ ਲਿਆਉਂ। ਇੱਕ ਮੇਰੀ ਮਾਂ ਸਾਰਾ ਕੁਛ ਉਹ ਕੁੜੀ ਦੀ ਬਣਾਈ ਜਾਂਦੀ ਆ, ਉੱਧਰ ਹੀ ਢੋਈ ਜਾਂਦੀ ਆ, ਪਤਾ ਨਹੀਂ ਉਹਨੂੰ ਕਦੋਂ ਅਕਲ ਆਊਗੀ। ਮਾੜਾ ਮੋਟਾ ਮਾਂ ਨੂੰ ਵੀ ਕਹਿਣਾ, ਕਹਿਵੇ ਰੋਜ਼ ਦਿਹਾੜੀ ਐਵੇਂ ਫੋਨ ਕਰ ਕਰ ਸੱਦੀ ਜਾਣਾ, ਮਾੜੀ ਗੱਲ ਹੁੰਦੀ ਆ, ਐਵੇਂ ਕੋਈ ਬਾਹਲਾ ਇਹਦੇ 'ਚ ਫਾਇਦਾ ਨਹੀਂ ਹੈਗਾ। ਕੱਲ੍ਹ ਨੂੰ ਤੁਸੀਂ ਪੰਚਾਇਤਾਂ ਲਈ ਚੱਲੋਗੇ। ਗੱਗੇ ਤੇਰੀ ਗੱਲ ਸਿਆਣੀ ਆ, ਕੋਈ ਗੱਲ ਨਹੀਂ, ਮੈਂ ਮਾਂ ਨੂੰ ਸਮਝਾ ਕੇ ਦੇਖੂ ਜੇ ਸਮਝੂ, ਪਰ ਉਹ ਪੈਰ ਤੇ ਮਿੱਟੀ ਨਹੀਂ ਪੈਣ ਦਿੰਦੀਆਂ ਦੋਹੇ ਮਾਵਾਂ ਧੀਆਂ। ਸਮਝਾ ਕੇ ਦੇਖ ਲਈ ਉਹਨੂੰ। ਹਾਂ ਇਹ ਤਾਂ ਪੁੱਛਣਾ ਯਾਰ, ਮੈਂ ਬਹੁਤ ਦੁਖੀ ਹੋਇਆ ਪਿਆ, ਮੇਰਾ ਤਾਂ ਘਰ ਦਾ ਕੁਛ ਨਹੀਂ ਬਣਦਾ, ਮੇਰੇ ਘਰ ਦਾ ਤਾਂ ਤੈਨੂੰ ਪਤਾ ਹੀ ਆ, ਪਰ ਮੇਰੀ ਮਾਂ ਉਹਦਾ ਘਰ ਹੀ ਭਰੀ ਜਾਂਦੀ ਆ, ਪਤਾ ਨਹੀਂ ਕਿੱਦਾਂ ਉਹਨੂੰ ਸਮਝ ਆਊਗੀ। ਚੱਲ ਚੰਗਾ ਗੱਗੇ ਬਾਈ। ਚੰਗਾ ਮਾਂ ਨੂੰ ਤਾਂ ਕਿਹੜੀ ਸਮਝ ਆਉਣੀ ਆ। ਜਦੋਂ ਗੱਗਾ ਕਹਿੰਦਾ ਤਾਂ ਲੋਕ ਵੀ ਤਾਂ ਕਹਿੰਦੇ ਹੀ ਹੋਣਗੇ, ਮੈਂ ਤਾਂ ਐ ਨੀ ਸਮਝ ਆਉਂਦਾ ਵੀ ਦੇਖ ਲੈ ਕੇ ਸਾਰਾ ਦਿਨ ਕੰਮਾਂ ਚ ਖੱਪਦੇ ਰਹਿੰਦੇ ਆ, ਪੂਰਾ ਟਾਈਮ ਨੀ ਨਿਕਲਦਾ ਜਾਣ ਲਈ, ਪਤਾ ਨੀ ਤੁਹਾਡੀ ਕੁੜੀ ਕਿਵੇਂ ਦਾ ਘਰ ਦੇ ਕੰਮ ਨੂੰ ਮਿਟ ਜੇ, ਕਿਹੜੇ ਵੇਲੇ ਬੱਸ ਚੜ ਜਾਂਦੀ ਹੈਗੀ। ਮੈਂ ਤਾਂ ਕੁਛ ਸਮਝ ਨੀ ਆਉਂਦੀ ਵੀ ਉਹ ਕੰਮ ਕਿਵੇਂ ਨਮੇੜਦੀ ਹੋ ਘਰ ਦੇ। ਤੂੰ ਯਾਰ ਸਾਡੇ ਗੱਲਾਂ, ਮੇਰਾ ਤਾਂ ਨਾ ਸਿਰ ਪੱਟ ਹੀ ਜਾਂਦਾ ਇਹ ਗੱਲਾਂ ਸੁਣ ਸੁਣ ਕੇ। ਇੱਕ ਤਾਂ ਮੈਨੂੰ ਮੋਟਰ ਦੀ ਬੇਪਤ ਹੋਈ ਪਈ ਆ, ਦੂਜਾ ਤੁਹਾਡਾ ਆਹ ਕਲੇਸ਼, ਮੇਰੇ ਕੋਲ ਇਹੋ ਜਿਹੀਆਂ ਗੱਲਾਂ ਕਰਿਆ ਕਰੋ। ਮੈਂ ਹੁਣ ਮੈਨੂੰ ਤਾਂ ਐਂ ਫਿਕਰ ਹੋਇਆ ਪਿਆ ਵੀ ਮੋਟਰ ਦੇ ਪੈਸੇ ਕਿੱਥੋਂ ਲਿਆਵਾਂ ਮੈਂ। ਪੈਸਿਆਂ ਦਾ ਹੱਲ ਤਾਂ ਹੋ ਜਾ ਸਕਦਾ, ਪਰ ਮੈਨੂੰ ਡਰ ਲੱਗਦਾ ਵੀ ਜੇ ਮੈਂ ਤੈਨੂੰ ਕਹਿਤਾ ਨਾ ਤਾਂ ਤੁਸੀਂ ਕਿਤੇ ਗੁੱਸਾ ਨਾ ਕਰ ਜਾਓ ਮੇਰੀ ਗੱਲ ਦਾ। ਨਹੀਂ ਤੂੰ ਦੱਸ ਤਾਂ ਸਹੀ ਇਹੋ ਜਿਹਾ ਕਿਹੜਾ ਹੱਲ ਆ। ਫਿਰ ਮੇਰੇ ਮਗਰ ਨਾ ਪੈ ਜਾਓ ਜੇ ਤੁਹਾਨੂੰ ਚੰਗੀ ਨਾ ਲੱਗੀ। ਨਹੀਂ ਮਗਰ ਪੈਂਦਾ, ਤੂੰ ਦੱਸ ਤਾਂ ਦੇ, ਕਈ ਵਾਰੀ ਕੋਈ ਗੱਲ ਰਾਸ ਆ ਜਾਂਦੀ ਆ। ਮੈਂ ਤਾਂ ਐ ਕਹਿੰਦੀ ਸੀ ਬੀਬੀ ਕੋਲੇ ਨਾ 1.5-2 ਤੋਲਿਆਂ ਦੀਆਂ ਬਾਲੀਆਂ ਨੇ। ਅੱਛਾ ਤੁਸੀਂ ਉਹ ਤੋਂ ਉਹ ਮੰਗ ਲਓ, ਜੇ ਦੇ ਦਿੱਤਾ ਬਾਹਲੀ ਵਧੀਆ ਗੱਲ ਆ, ਨਾਲੇ ਅੱਜ ਨਾ ਤਾਂ ਕੱਲ ਉਹਨੇ ਕੁੜੀ ਨੂੰ ਚੁਕਾ ਦੇਣੀਆਂ ਨੇ। ਨਾ ਤੈਨੂੰ ਲੱਗਦਾ ਕਿ ਮਾਂ ਆਪਾਂ ਨੂੰ ਬਾਲੀਆਂ ਦੇ ਦੂ? ਮੈਨੂੰ ਤਾਂ ਨਹੀਂ ਲੱਗਦਾ। ਨਾ ਦੇਣ ਨੂੰ ਕੀ ਹੈ, ਜਦੋਂ ਕੁੜੀ ਨੂੰ ਦੇ ਸਕਦੀ ਹੈ ਕੋਈ ਚੀਜ਼, ਤੇ ਤੂੰ ਤਾਂ ਫੇਰ ਵੀ ਪੁੱਤ ਹੈ, ਆਪਾਂ ਤਾਂ 2 ਰੋਟੀਆਂ ਉਹਨੇ ਖਾਣੀਆਂ, ਕਿਸੇ ਸ਼ਰਮ ਝੇਪ ਚ ਦੇਈ ਦੇਵੇ ਕੀ ਆ, ਮੰਗ ਕੇ ਤਾਂ ਦੇਖ ਲਾ, ਪਹਿਲਾਂ ਹੀ ਢੇਰੀ ਢਾ ਦਿੰਦੇ ਹੋ। ਰੋਟੀਆਂ ਦਾ ਨਹੀਂ, ਉਹ ਤਾਂ ਸਾਰਾ ਕੁਛ ਉਹਨੂੰ ਹੀ ਦੇਈ ਜਾਂਦੀ ਆ, ਆਪਣਾ ਤਾਂ ਉਹਨੂੰ ਜਮਾਂ ਹੀ ਫਿਕਰ ਨਹੀਂ ਹੈਗਾ, ਪਤਾ ਨਹੀਂ ਕੀ ਕਦੋਂ ਹਟੂ ਉਹਨੂੰ, ਸਾਰਾ ਘਰ ਤਾਂ ਉਹਨੂੰ ਢੋਈ ਜਾਂਦੀ ਆ। ਚੱਲ ਦੇਖ ਲਾਂਗੇ ਪੁੱਛ ਕੇ, ਜੇ ਮੰਨ ਗਈ। ਹੋਰ ਮੰਗ ਕੇ ਤਾਂ ਦੇਖੋ, ਜੇ ਮੰਨ ਗਈ ਤਾਂ ਨਾਲੇ ਤਾਂ ਆਪਣੇ ਸਾਰਾ ਹੋਰ ਜਿਹੜਾ ਦੇਣਾ ਲੈਣਾ ਉਹ ਲੈ ਜਾਓ, ਨਾਲੇ ਤੇਰੀ ਮੋਟਰ ਦਾ ਹੱਲ ਹੋ ਜੂ, ਨਾਲੇ ਬਾਲੀਆਂ ਘਰ ਦੀਆਂ ਘਰ ਚ ਰਹਿ ਜਾਣਗੀਆਂ, ਨਹੀਂ ਅੱਜ ਨਹੀਂ ਤਾਂ ਕੱਲ ਫਿਰ ਗਈਆਂ ਕੁੜੀ ਕੋਲੇ। ਹਾਂ ਉਹ ਤਾਂ ਬਾਗੀ ਜਾਣਗੀਆਂ, ਉਹ ਤਾਂ ਦੇ ਹੀ ਦੇਣਾ ਇਹਨੇ, ਮੈਨੂੰ ਪਤਾ ਸਹੀ ਗੱਲ। ਚੱਲ ਇੱਕ ਵਾਰੀ ਪੁੱਛ ਕੇ ਦੇਖੂ ਮਾਂ ਨੂੰ, ਜੇ ਦੇਤੀਆਂ ਤਾਂ ਠੀਕ ਆ, ਨਹੀਂ ਕੋਈ ਹੋਰ ਪ੍ਰਬੰਧ ਕਰਾਂਗੇ ਪੈਸਿਆਂ ਦਾ। ਹੋਰ ਮੈਂ ਤਾਂ ਆਪ ਹੋਰ ਤਾਂ ਹੋਰ ਬਾਲੀਆਂ ਮੈਂ ਨਾ ਅੱਜ ਮਾਂ ਨੂੰ ਪੁੱਛਿਆ, ਮੈਂ ਕਿਹਾ ਮਾਂ ਜਿਹੜੇ ਤੇਰੇ ਕੋਲ 2 ਸੂਟ ਨੇ, ਇੱਕ ਤਾਂ ਪੇਕਿਆਂ ਤੋਂ ਲਏ ਸੀ ਜਾਂ ਉਹ ਦੇ ਦੇ, ਜਾਂ ਜਿਹੜਾ ਸੇਲ ਤੋਂ ਲਿੱਤਾ ਸੀ ਉਹ ਦੇ ਦੇ, ਲੈ ਮੈਨੂੰ ਭੋਰਾ ਨਹੀਂ ਦਿੱਤੇ। ਕਹਿੰਦੀ ਮੇਰੇ ਕੋਲ ਤਾਂ ਹੈ ਹੀ ਨਹੀਂ, ਖੜੀ ਹੋਈ ਮੁੱਕਰ ਗਈ, ਪੇਟੀ ਦੀ ਚਾਬੀ ਤੱਕ ਨਹੀਂ ਦਿੱਤੀ ਮੈਨੂੰ, ਤੇ ਕੁੜੀ ਨੂੰ ਉਹਦੀ ਫੜਾ ਦਿੰਦੀ ਆ। ਕੋਈ ਕੁੜੀ ਵਾਸਤੇ ਕਰਦੀ ਆ ਸਾਰਾ ਇਹ, ਜੇ ਕਿਤੇ ਨਾ ਭੈਣ ਲੋਕਾਂ ਦੀਆਂ ਕੁੜੀਆਂ ਵਾਂਗੂ ਸਾਲ ਸਮਾਹੀ ਆਇਆ ਕਰੇ, ਨਾਲੇ ਤਾਂ ਮੈਂ ਉਹਨੂੰ ਪੂਰੇ ਵਧੀਆ ਲੀੜੇ ਕੱਪੜੇ ਦਿਆ ਕਰਾਂ, ਨਾਲੇ ਚਾਹ ਨਾ ਚੱਕਿਆ ਜਾਇਆ ਕਰੇ। ਹੁਣ ਤਾਂ ਇਹਨੇ ਤਾਂ ਸੁਰਤ ਬਦਲਾਈ ਪਈ ਆ ਮੇਰੀ, ਨੱਕ ਮੁੜਿਆ ਪਿਆ ਜੀ ਜਮਾ ਹੀ, ਹੁਣ ਤਾਂ ਆਵੇ ਹੀ ਨਾ ਕੁੜੀ ਕਿਤੇ। ਚੱਲ ਐਂ ਕਰ, ਤੂੰ ਕੁੱਟ ਚਾਹ ਕਰ, ਛੱਡ ਪਰੇ ਇਹ ਗੱਲਾਂ, ਸਿਰ ਦੁਖੀ ਜਾਂਦਾ ਮੇਰਾ। ਅੱਛਾ ਦੇਖ ਲਾ, ਪੇਕਿਆਂ ਨੂੰ ਜਾ ਹੀ ਨਹੀਂ ਹੁੰਦਾ, ਨਤਰ ਐ ਬਣਾ ਕੇ ਬਹਿ ਜਾਂਦੀ ਆ ਵੀ ਆਉਂਦੇ ਹਫਤੇ ਜਾਊਂਗੀ, ਆਉਂਦੇ ਵੀਰਵਾਰ ਮੰਗਲਵਾਰ ਜਾਊਂਗੀ, ਮੇਰਾ ਤਾਂ ਦੇਣ ਹੀ ਨਹੀਂ ਆਉਂਦਾ ਜਾਣ ਦਾ, ਤੇਰੀ ਮਾਂ ਹੀ ਨਹੀਂ ਨਿਕਲਣ ਦਿੰਦੀ ਮੈਨੂੰ ਤਾਂ ਪਹਿਲਾਂ।
ਲੈ ਦੱਸ ਇਹ ਕਿਵੇਂ ਪੈ ਗਿਆ ਅੱਜ ਵਹਿਮ ਡਿਆ? ਹਾਂ ਮਾਂ। ਕਿਵੇਂ ਪਿਆ? ਆ ਗਈ ਮਾਂ ਤੂੰ? ਆ ਗਈ ਮੈਂ ਤਾਂ। ਮਾਂ ਪੁੱਛਣਾ ਭੈਣਾ ਕਿਵੇਂ ਆ, ਤੈਨੂੰ ਪਤਾ ਹੀ ਆ। ਮੈਂ ਤਾਂ ਤੇਰੀ ਚਾਚੀ ਦਾ ਪਤਾ ਲੈਣ ਗਈ ਸੀਗੀ, ਉਹ ਢਿੱਲੀ ਜੀ ਸੀ, ਮੈਂ ਚੱਲ ਪਤਾ ਲਿਆ ਉਹਨੇ। ਕਿਵੇਂ ਹੁਣ? ਠੀਕ ਆ ਹੁਣ ਤਾਂ। ਅੱਛਾ ਹੂੰ ਮਾਂ, ਮੈਂ ਤੈਨੂੰ ਇੱਕ ਗੱਲ ਕਹਿੰਦਾ ਸੀ। ਦੱਸ ਪੁੱਤ ਕੀ ਕਹਿੰਦਾ ਗਾ? ਕੁਲਦੀਪ ਸੂਟ ਮੰਗਦੀ ਆ, ਉਹਨੇ ਪੇਕੇ ਜਾਣਾ, ਦੇ ਦਿੰਦੀ ਨਾ ਇੱਕ ਅੱਧਾ ਸੂਟ ਤੂੰ ਉੱਥੇ ਪੇਟੀ ਚੋਂ ਕੱਢ ਕੇ। ਅੰਕਲ ਦੇ ਆਨਿਆ, ਤੂੰ ਬੁੜੀਆਂ ਵਾਲੇ ਕੰਮ ਚ ਕਿਉਂ ਵੜਦਾ ਹੈ? ਤੂੰ ਕੀ ਸੂਟਾ ਸੱਟ ਤੋਂ ਲੈਣਾ ਗਾ? ਉਹਨੂੰ ਤੂੰ ਐਂ ਕਹਿੰਦਾ ਵੀ ਆਪਦਾ ਕੰਮ ਆਪ ਸੰਭਾਲ। ਪੁੱਤ ਇਹੋ ਜਿਹੇ ਕੰਮ ਨੀ ਕਰੀਦੇ ਹੁੰਦੇ ਬੁੜੀਆਂ ਵਾਲੇ। ਮਾਂ ਇੰਨਾ ਸਾਰਾ ਦਿਨ ਖੱਪਦੀ ਆ ਘਰੇ ਕੰਮ ਕਰਦੇ ਆ, ਸਾਲ ਛੇ ਮਹੀਨਾ ਬਾਅਦ ਇੱਕ ਸੂਟ ਹੀ ਹੁੰਦਾ, ਇਹੀ ਕੁੜੀਆਂ ਬੁੜੀਆਂ ਨੂੰ ਚਾਅ ਹੁੰਦਾ ਸੂਟਾਂ ਦਾ, ਹੈ? ਉਹਨੇ ਆਪਦੇ ਪੇਕੇ ਜਾਣਾ ਸੀ, ਚੱਲ ਨਵਾਂ ਸੂਟ ਪਾ ਕੇ ਵਗ ਜਾਂਦੀ, ਉਹਦਾ ਸ਼ੌਂਕ ਪੂਰਾ ਹੋ ਜਾਂਦਾ। ਕਿਉਂ ਪੇਕੇ ਕਿ ਉਹਦੇ ਵਿਆਹ ਧਰਿਆ ਗਾ ਵੀ ਨਵਾਂ ਸੂਟ ਪਾ ਕੇ ਜਾਊ? ਬਥੇਰੇ ਸੂਟ ਪਏ ਨੇ, ਪਾ ਲੇ। ਉਹੀ ਤਾਂ ਕਹਿਣਾ ਮਾਂ, ਇੱਕ ਅੱਧਾ ਦੇ ਦੇ ਉਹਨਾਂ ਚੋਂ ਕਿਸੇ ਚੋਂ, ਤੂੰ ਪੇਟੀ ਚੋਂ ਆਪਦੀ ਚੋਂ। ਹੈ ਨਹੀਂ ਭਾਈ, ਮੈਂ ਤਾਂ ਕੀ ਕਰਨੇ ਇੰਨੇ ਸੂਟ? ਮੇਰੇ ਤਾਂ ਦੱਬੇ ਪਏ ਨੇ, ਕੋਈ ਆ ਜਾਂਦਾ ਰਿਸ਼ਤੇਦਾਰ ਇਹੋ ਜਿਹੀ ਆ ਜਾਂਦਾ ਜਿਹਨੂੰ ਦੇਣਾ ਪੈਂਦਾ ਗਾ, ਤੁਰਤ ਕਿੱਥੋਂ ਲਿਆ ਕੇ ਦੇਵਾਂਗਾ? ਤੂੰ ਤਾਂ ਕਾਮਲਾ ਹੈਗਾ, ਤੂੰ ਤਾਂ ਐਵੇਂ ਤੀਵੀਂ ਪਿੱਛੇ ਲੱਗਦਾ, ਮੈਨੂੰ ਪਤਾ ਹੀ ਆ ਹੁਣ ਤੇਰਾ। ਚੱਲ ਛੱਡ ਮਾਂ। ਹਾਂ ਮੈਂ ਤੇਰੇ ਨਾਲ ਇੱਕ ਹੋਰ ਗੱਲ ਕਰਨੀ ਸੀ। ਕਰ, ਕੀ ਗੱਲ ਕਰਨੀ ਆ? ਕਰੇਗੀ ਮੇਰਾ ਕੰਮ? ਜੇ ਕਰਨ ਵਾਲਾ ਹੋਇਆ ਤਾਂ ਜ਼ਰੂਰ ਕਰੂੰਗੀ। ਦੱਸ ਪਹਿਲਾਂ। ਕਰਨ ਵਾਲੀ ਆ ਮਾਂ ਕੰਮ ਤਾਂ। ਦੱਸ ਪੁੱਤ। ਮੈਨੂੰ ਨਾ 10,000 ਰੁਪਏ ਚਾਹੀਦੇ। 10,000? ਬੇ ਮੇਰੇ ਕੋਲ ਤਾਂ ਫੁੱਟੀ ਕੌੜੀ ਨੀ, ਮੈਂ 10 ਤੈਨੂੰ ਕਿੱਥੋਂ ਦੇ ਦਾਂ? ਲੈ ਮਾਂ ਤੂੰ ਐਂ ਕਰਨ ਲੱਗ ਜਾਨੀ ਆ। ਕਿਉਂ ਮੈਂ ਕਿਉਂ ਐਂ ਕਰਨ ਲੱਗ ਜਾਨੀ ਆ? ਨਾਲੇ ਗੱਲ ਸੁਣੋ, ਤੁਸੀਂ ਆਪਦੀ ਕਬੀਲਦਾਰੀ ਆਪ ਸੰਭਾਲੋ, ਮੈਥੋਂ ਨੀ ਸੰਭਾਲੀ ਜਾਂਦੀ ਤੁਹਾਡੀ ਕਬੀਲਦਾਰੀ। ਮਾਂ ਸਾਰਾ ਕੁਛ ਤਾਂ ਤੇਰੇ ਹੱਥ ਆ, ਪੇਟੀ ਦੀਆਂ ਚਾਬੀਆਂ ਤੇਰੇ ਹੱਥ ਆ, ਕਬੀਲਦਾਰੀ ਤੂੰ ਕਹਿੰਦੀ ਆ ਸੋਡੇ ਕੋਲੇ ਆ। ਉਹ ਤਾਂ ਮੇਰੀ ਪੇਟੀ ਆ ਨਾ, ਮੇਰੀ ਪੇਟੀ ਦੀਆਂ ਚਾਬੀਆਂ ਮੇਰੇ ਕੋਲੇ ਆ, ਤੇਰੇ ਘਰ ਵਾਲੀ ਦੀਆਂ ਪੇਟੀ ਦੀਆਂ ਚਾਬੀਆਂ ਉਹਦੇ ਕੋਲੇ ਆ ਨਾ। ਮਾਂ ਤੂੰ ਇੰਨੇ ਪੈਸੇ ਕੀ ਕਰਨੇ ਆ, ਕਿੱਥੇ ਲੈ ਕੇ ਜਾਣੇ ਆ, ਮੈਨੂੰ ਐ ਨਹੀਂ ਸਮਝ ਆਉਂਦੀ। ਮੈਂ ਮਰ ਜਾ, ਮੈਂ ਕਿੱਥੇ ਦੱਬ ਕੇ ਧਰੇ ਨਾ ਪੈਸੇ, ਕਿਉਂ ਮੇਰੇ ਤੇ ਇਲਜ਼ਾਮ ਲਾਉਣਾ ਤੂੰ? ਤੂੰ ਵੀ ਤੀਵੀਂ ਪਿੱਛੇ ਲੱਗ ਗਿਆ, ਤੂੰ ਕਾ ਸਮਝ ਜਾ, ਅਗਲੀ ਤੈਨੂੰ ਚੱਕਾ ਦਿੰਦੇ ਆ ਵੀ ਇਹ ਮਾਂ ਨਾਲ ਲੜੇ। ਮਾਂ ਉਹ ਫਿਰ ਸਹੀ ਤਾਂ ਕਹਿੰਦੀ ਆ, ਹੁਣ ਆਪਾਂ ਤਾਂ ਪੈਸੇ ਕਨਿਓ ਇੰਨੇ ਔਖੇ ਆ, ਤੂੰ ਪੈਸੇ ਲੁਕੋ ਰੱਖੀ ਜਾਨੀ ਆ। ਨਾ ਤੂੰ ਕੀ ਕਰਨੇ ਆ ਪੈਸੇ? ਮੋਟਰ ਠੀਕ ਕਰਾਉਣੀ ਆ ਮਾਂ, ਜਿਹੜੀ ਸਾਂਝੀ ਆਪਣੀ ਮੋਟਰ ਮੱਚ ਗਈ। ਅੱਛਾ ਫਿਰ ਕਿਸ ਤੋਂ ਧਾਰੇ ਸਧਾਰੇ ਫੜ ਲੈ, ਜਦੋਂ ਫਸਲ ਵੇਲੇ ਸਿੱਟਣ ਲੱਗੇ ਉਦੋਂ ਦੇ ਦਾਂਗੇ। ਮੈਂ ਤਾਂ ਮਾਂ ਫਿਰ ਕਰੂੰਗੀ ਕੋਈ ਪ੍ਰਬੰਧ ਪੈਸਿਆਂ ਦਾ, ਪਰ ਤੂੰ ਨਾ ਮੇਰਾ ਕੋਈ ਕੰਮ। ਭਾਈ ਮੇਰੇ ਕੋਲ ਤਾਂ ਹੈ ਨਹੀਂ, ਮੇਰੇ ਤਾਂ ਚਿੱਟਾ ਜਵਾਬ ਹੈ। ਮਾਂ ਤੂੰ ਸਾਡੇ ਵੇਰੀ ਕਾਲੀ ਕੀੜੀ ਫੇਰ ਦਿੰਨੀ ਆ। ਤੇ ਹੋਰ ਕਿਹਨੂੰ ਦਿੰਨੀ ਆ ਬੇ? ਜਦੋਂ ਕੁੜੀ ਆ ਜਾਂਦੀ ਆ ਬਥੇਰੇ ਉਹਦੇ ਝੋਲੇ ਭਰ ਦਿੰਨੀ ਆ। ਲੈ ਕੁੜੀਆਂ ਨੂੰ ਲੋਕ ਹੀ ਦਿੰਦੇ ਨੇ। ਦਿੰਦੇ ਨੇ, ਤੇਰੇ ਜਿੰਨਾ ਨਹੀਂ ਦਿੰਦਾ ਕੋਈ, ਤੇਰੀ ਤਾਂ ਹੱਦ ਹੀ ਹੋਈ ਪਈ ਆ ਮਾਂ। ਉਹਦਾ ਵੀ ਸਬਤੀ ਆ ਘਰ ਦੇ ਵਿੱਚ, ਜ਼ਮੀਨ 'ਚ ਵੀ ਆ, ਠੀਕ ਹੈ ਨਾ? ਉਹ ਕਿਹੜਾ ਕੁਛ ਲੈ ਕੇ ਜਾਂਦੀ ਆ ਠੇਕਾ ਹਿੱਸਾ? ਠੀਕ ਆ ਮਾਂ, ਠੀਕ ਆ, ਤੂੰ ਘਰ ਆਪਦਾ ਕੰਮ ਦੇਖ ਲੈ। ਪੂਰੀਆਂ ਉਂਗਲਾਂ ਲਾਤੀਆਂ ਆਉਣ ਸਾਰ ਪਖਾਤਾ ਪਤੰਦਰ ਨੂੰ, ਨਾ ਮੇਰਾ ਕੀ ਕਰ ਲੇਂਗੀ ਫਿਰ ਇਹਨੂੰ ਸਿੱਖਿਆ ਕੇ? ਇਹ ਨੀ ਪਤਾ ਵੀ ਤੇਰੇ ਨਾਲ ਵੀ ਮੈਂ ਕੀ ਕਰਾਂ, ਮੁੰਡੇ ਨੂੰ ਘਰੋਂ ਵਗ ਜਾਣ ਦੇ, ਫਿਰ ਪੁੱਛਦੀ ਆ ਤਾਂ ਗੋਤ ਐਂ ਕਾਹਨੂੰ ਸਮਝਦੀ ਆ, ਇਹਨੇ ਸਮਝ ਕੇ ਰੱਖਿਆ ਮੈਨੂੰ। ਉਰੇ ਆ ਕੁੜੇ ਬਾਹੂ, ਮੇਰੀ ਗੱਲ ਸੁਣ। ਆਉਣੀ ਆ, ਤੈਨੂੰ ਬੁਲਾਉਣੀ ਆ। ਆ ਗਈ ਆ ਗਈ ਮਾਂ, ਦੱਸ ਆ ਜਾ। ਕੀ ਹੋ ਗਿਆ ਮਾਂ? ਤੂੰ ਮੁੰਡੇ ਨੂੰ ਕੀ ਉਂਗਲਾਂ ਲਾਈਆਂ ਨੇ? ਨਾ ਮਾਂ ਮੈਂ ਕੀ ਉਂਗਲਾਂ ਲਾਉਣੀਆਂ ਸੀ, ਤੁਸੀਂ ਉਈ ਭਖੇ ਬੈਠੇ ਹੋ, ਕੀ ਹੋ ਗਿਆ? ਤੇ ਹੋਰ, ਉਹ ਕਹਿੰਦਾ ਤੂੰ ਸੂਟ ਨਹੀਂ ਦਿੱਤੇ, ਤੈਨੂੰ ਕੀ ਲੋੜ ਸੀ ਸੂਟਾਂ ਦੀ ਕਹਿਣ ਦੀ, ਇਹ ਗੱਲ ਆਪਣੇ ਚ ਸੀ।
ਨਾ ਮੈਂ ਉਹਦੀ ਖੇਤ ਵਾਲੀ ਮੋਟਰ ਮੱਚ ਗਈ, ਉਹਦੇ ਪੈਸਿਆਂ ਦੀ ਗੱਲਾਂ ਕਰਦਾ ਸੀਗਾ, ਕਹਿੰਦਾ ਪੈਸਿਆਂ ਦੀ ਲੋੜ ਹੈ, ਮਾਂ ਤੋਂ ਮੰਗਦਾ ਗਾ ਮੈਂ ਐਂ ਕਰਦਾ ਗਾ। ਫਿਰ ਮੈਥੋਂ ਵੀ ਦੱਸਿਆ ਗਿਆ ਵੀ ਮਾਂ ਨੇ ਤਾਂ ਮੈਨੂੰ 150-200 ਵਾਲਾ ਸੂਟ ਨੀ ਪੇਟੀ ਚੋਂ ਕੱਢ ਕੇ ਦਿੱਤਾ, ਤੈਨੂੰ ਕਿੱਥੋਂ 10-12 ਹਜ਼ਾਰ ਦੇਊਗੀ। ਗੱਲ ਸੁਣ ਲੈ, ਬੁੜੀਆਂ ਵਾਲਾ ਕੰਮ ਬੁੜੀਆਂ ਚ ਰਹਿਣ ਦੇ, ਸੂਟਾਂ ਦੀ ਆਪਣੇ ਚ ਗੱਲ ਹੈ ਨਾ, ਤੂੰ ਮੁੰਡੇ ਨੂੰ ਕਿਉਂ ਦੱਸਿਆ? ਮੇਰਾ ਬੰਦਾ ਗਾ, ਹੋਰ ਮੰਗਾ ਲੂੰਗੀ। ਬੰਦਾ ਹੈ ਤੇਰਾ, ਹੁਣ ਤਾਂ ਸਾਨੂੰ ਆਪਦੇ ਖੇਤ ਦੀ ਮੋਟਰ ਦੀ ਬਿਪਤਾ ਪਈ ਵੀ ਆ, ਸਰ ਗਿਆ ਮੇਰੇ ਸੂਟਾਂ ਦਾ ਤਾਂ। ਹੋਰ ਤੇਰਾ ਤਾਂ ਖੇਤ ਵਾਲੀ ਬਣ ਗਈ ਜ਼ਿਆਦੇ। ਕੀ ਹੋ ਗਿਆ ਮਾਂ, ਤੁਸੀਂ ਬੋਲੀ ਜਾਂਦੇ ਹੋ? ਆਖੇ ਕਿਉਂ ਮਾਂ ਨੂੰ ਵੀ ਤੈਨੂੰ ਦੱਸਿਆ ਵੀ ਮੈਂ ਇਹਨੂੰ ਸੂਟ ਨਹੀਂ? ਭਾਈ ਇਹਨੂੰ ਐਂ ਕਿਹਾ ਵੀ ਮੁੰਡੇ ਕੋਲੇ ਉਂਗਲਾਂ ਲਾਈਆਂ ਤੂੰ ਸੂਟ ਪਿੱਛੇ, ਕਿਉਂ ਲਾਈਆਂ? ਆਪਣੀ ਬੁੜੀਆਂ ਚ ਗੱਲ ਹੈਗੀ, ਬਸ ਇਹ ਤਾਂ ਗੱਲ ਗੱਲ ਤੇ ਲੜਾਈ ਪਾ ਰਹੀ ਆ। ਕਿ ਉਂਗਲਾਂ ਵਾਲੀ ਗੱਲ ਆ, ਉਹਨੇ ਤਾਂ ਸੁੱਤੇ ਸਵਾ ਗੱਲ ਕਰਤੀ ਵੀ ਮਾਂ ਨੇ ਤਾਂ ਮੈਨੂੰ ਸੂਟ ਨਹੀਂ ਦਿੱਤਾ। ਕਾਹਨੂੰ ਭਾਈ? 10,000 ਰੁਪਇਆ ਕਿੱਥੇ ਦੇ ਦੂੰ? ਕੋਈ ਹੱਲ ਕਰ ਦੇ ਮਾਂ, ਤੇਰਾ ਪੁੱਤ ਹੈਗਾ, ਤੇਰੇ ਕੋਲ ਸਭ ਕੁਛ ਹੈ। ਮੇਰੇ ਕੋਲ ਤਾਂ ਕੁਛ ਨਹੀਂ ਹੈਗਾ ਭਾਈ, ਮੇਰੇ ਕੋਲ ਤਾਂ ਕੋਈ ਹੱਲ ਨਹੀਂ। ਤੇਰੇ ਕੋਲ ਆਪਦੇ ਪੁੱਤ ਨੂੰ ਦੇਣ ਵਾਸਤੇ ਕੁਛ ਵੀ ਨਹੀਂ? ਕੁਛ ਨਹੀਂ ਹੈਗਾ ਭਾਈ। ਧੀ ਨੂੰ ਤਾਂ ਬਥੇਰਾ ਕੁਛ ਦੇਈ ਜਾਂਦੀ ਆ, ਪੁੱਤ ਨੂੰ ਵੀ ਦੇ ਦਿਆ ਕਰ ਕਦੇ। ਕਿਉਂ ਤੁਸੀਂ ਘੁੰਮ ਘੁਮਾ ਕੇ ਗੱਲਾਂ ਕਰ ਦਿਓਗੇ? ਸਿੱਧਾ ਸਿੱਧਾ ਮਾਂ ਨੂੰ ਕਹਿ ਦਿਓ। ਧੀ ਨੇ ਲੈਣਾ ਨਹੀਂ, ਕਹਿ ਦਿਓ ਮਾਂ ਨੂੰ। ਮਾਂ ਕਹਾਂ, ਗੱਲ ਗੁੱਸਾ ਤਾਂ ਨਹੀਂ ਕਰਦੀ? ਦੱਸ ਦੱਸ ਬੋਲ, ਹੋਰ ਕੁਛ ਕਸਰ ਰਹਿੰਦੀ ਤਾਂ ਉਹ ਵੀ ਕੱਢ ਦੇ। ਜਿਹੜੀਆਂ ਤੇਰੀਆਂ ਵਾਲੀਆਂ ਜੀ ਸੀ ਉਹ ਕਿੱਥੇ ਨੇ? ਪੇਟੀ ਸਿੱਟਦੀਆਂ ਪਈਆਂ ਨੇ। ਲੈ ਮੈਨੂੰ ਚਾਬੀ ਦੇ ਦੇ, ਮੈਂ ਦੇਖ ਲੈਣਾ। ਮੈਂ ਤਾਂ ਭਾਈ ਚਾਬੀ ਦਿੰਦੀ ਨੀ ਗੀ, ਨਾਲੇ ਤੇਥੋਂ ਨਿਕਲਦੀਆਂ ਨੇ ਤਾਂ ਵਾਲੀਆਂ ਡੂੰਘੀਆਂ ਪਈਆਂ ਨੇ। ਬਾਲੀਆਂ ਕਰਵਾ ਦਾਂਗੇ ਭਾਈ, ਉਹ ਮੇਰੀਆਂ ਬਾਲੀਆਂ ਨੇ, ਮੈਂ ਸਾਂਭਤੀਆਂ, ਤੁਹਾਨੂੰ ਕੀ ਦੁੱਖ ਆ? ਵਾਲੀਆਂ ਦਾ ਵਾਲਾ ਤਾਂ ਤੈਨੂੰ ਹੀ ਆ। ਮੈਂ ਤਾਂ ਐਂ ਕਹਿੰਦੀ ਹਾਂ, ਜੇ ਨਹੀਂ ਮਾਮਾ ਦੀ ਕਲੇਸ਼ ਤਾਂ ਪਊਗਾ ਹੀ ਪਊਗਾ, ਚਾਬੀ ਚੱਕ ਲੋ। ਕਿਉਂ ਚੱਕ ਲੈ ਚਾਬੀ? ਬਿਮਾਰੀ ਠਮਾਰੀ ਹੋਵੇ ਤਾਂ ਵੀ ਕੁੜੀ ਨੂੰ ਦੇ ਦੀਏ, ਬਥੇਰਾ ਉਹਦੇ ਵਿਆਹ ਵੇਲੇ ਇੰਨਾ ਸਿਆਉਣਾ ਹੱਦੋਂ ਵੱਧ ਪਾਇਆ। ਨਾ ਸੋਚੇ ਤੂੰ, ਤੁਸੀਂ ਤਾਂ ਮੇਰੀ ਕੁੜੀ ਤੇ ਲੱਗਦੇ ਹੋ, ਮੇਰੇ ਤੇ ਲੱਗਦੇ ਹੋ। ਮੇਰੀਆਂ ਬਾਲੀਆਂ ਸੀ, ਮੈਂ ਦਿੱਤੀ ਨੂੰ ਦੇਤੀਆਂ। ਮਾਂ ਨਾ ਅਸੀਂ ਤੇਰੇ ਤੇ ਲੱਗਦੇ ਆ, ਨਾ ਕੁੜੀ ਤੇ ਲੱਗਦੇ ਆ। ਗੱਲ ਤਾਂ ਤੁਹਾਡੇ ਆ ਕੰਮ ਕਾਰ ਦੀ ਆ ਵੀ ਅਸੀਂ ਤਾਂ ਪੈਸਾ ਪੈਸੇ ਨੂੰ ਤਰਸਦੇ ਆ, ਉਹਦੇ ਘਰੇ ਤਾਂ ਨਾਲੇ ਸਭ ਕੁਛ ਆ। ਉਹ ਕੀ ਘਰੋਂ ਕੋਈ ਨੰਗ ਭੁੱਖ ਨਾਲ ਘੁਲਦੀ ਆ, ਸੁੱਖ ਨਾਲ ਬਥੇਰਾ ਉਹਦਾ ਵਧੀਆ ਕੰਮ ਕਾਰ ਆ, ਤੂੰ ਫੇਰ ਵੀ ਉਹਨੂੰ ਦੇ ਜਾਂਦੀ ਆ। ਸਾਡੇ ਵੱਲ ਵੀ ਦੇਖ ਲਾ, ਅਸੀਂ ਇੰਨੇ ਔਖੇ ਆ। ਤੁਸੀਂ ਪੰਡ ਚੱਕਦੀ ਨੂੰ ਦੇਖਿਆ ਹੁਣ ਕਿੱਦੇ ਲਗਾਈ ਆ ਤੁਹਾਡੇ ਸਾਹਮਣੇ, ਕਿੱਦੇ ਵਧੀਆ ਬੰਨ ਕੇ ਦਿੱਤਾ ਤੁਸੀਂ? ਅਸੀਂ ਤਾਂ ਨਹੀਂ ਦਿੱਤਾ ਮਾਂ, ਤੂੰ ਤਾਂ ਦਿੰਨੀ ਆ ਸਾਥ। ਤੂੰ ਤਾਂ ਦਿੰਨੀ ਆ, ਚੋਰੀਆਂ ਮੈਂ ਕਿ ਦੇਊਂਗੀ? ਮੈਂ ਤਾਂ ਸੈਂਦਕ ਦੇਊਂਗੀ। ਕੌਣ ਕਹਿੰਦਾ ਤੁਹਾਨੂੰ ਵੀ ਮੈਂ ਚੋਰੀਆਂ ਸਮਾਨ ਦਿੰਨੀ ਆ? ਆ ਦੇ ਮਾਂ, ਹੁਣ ਤੂੰ ਮੰਨੀ ਜਾਂਦੀ ਆ ਵੀ ਮੈਂ ਬਾਲੀਆਂ ਕੁੜੀ ਨੂੰ ਦੇਤੀਆਂ? ਉਹ ਤਾਂ ਬਾਲੀਆਂ ਚੱਲ ਲੈ ਗਈ ਸੀ, ਕਹਿੰਦੀ ਮਾਂ ਮੇਰੀਆਂ ਬਾਲੀਆਂ, ਕਹਿੰਦੀ ਇਹਨਾਂ ਨੇ ਗਹਿਣੇ ਰੱਖਤੀਆਂ। ਮੈਂ ਚੱਲ ਤੂੰ ਆ ਲੈ ਜਾਨੀ। ਲੈ ਕਰੀਏ ਨਾ ਫੋਨ ਜੀ, ਪੁੱਛੀਏ ਨਾ ਵੀ ਗਹਿਣੇ ਦਿੱਤੀਆਂ ਨੇ, ਸਾਰੇ ਭੇਤ ਖੁੱਲ ਜਾਣਗੇ। ਹਾਂ ਖੁੱਲ ਜਾਣਗੇ, ਹੁਣ ਸਹੁਰਿਆਂ ਤੱਕ ਲੜਾਈ ਪਵਾ ਦੋ, ਐ ਹੋਵੇ ਨਾ ਤਾਂ ਹੋਵੇ ਨਾ, ਧੀ ਨੂੰ ਵੀ ਉਜਾੜੋ ਉੱਥੋਂ। ਇਹ ਨੀ ਜੀ ਕਿਸੇ ਦੇ ਰਾਹ ਸਿਰ ਆਉਂਦੀਆਂ, ਤੁਸੀਂ ਕੋਈ ਹੋਰ ਹੀ ਹੀਲਾ ਕਰ ਲੋ, ਨਾ ਇਹ ਸੂਟ ਕੱਢ ਕੇ ਦੇਵੇ ਨਾ ਦੇਵੇ, ਸਾਨੂੰ ਬਾਲਾ ਤਾਂ ਕੁਛ ਨਹੀਂ ਦਿੰਦੀ। ਆਹੋ ਛੱਡ ਮਾਂ, ਤੂੰ ਨਾ ਕਦੇ ਸੁਧਰੀ। ਛੱਡ ਮਾਂ ਤਾਂ ਮਗਰੀ ਪੈ ਗਏ ਦੋਨੇ ਜਣੇ, ਹੈ ਗਾਹਾਂ ਬਾਲੀਆਂ ਤੱਕ ਪਹੁੰਚ ਗਏ। ਇਹ ਤਾਂ ਬੜੀ ਮਗਰ ਪਈ, ਇਹ ਤਾਂ ਮੁੰਡੇ ਨੂੰ ਚੱਕਾ ਦੇਣ ਲੱਗ ਗਈ, ਹੁਣ ਕੀ ਬਣੇ? ਹੁਣ ਤਾਂ ਮੈਂ ਕੁੜੀ ਨੂੰ ਸਮਝਾਵਾਂ ਵੀ ਥੋੜਾ ਜਿਹਾ ਤੂੰ ਘੱਟ ਆਇਆ ਕਰ, ਇਹਨਾਂ ਨੂੰ ਸ਼ੱਕ ਪੈ ਗਿਆ ਵੀ ਮੈਂ ਤੈਨੂੰ ਦਿੰਨੀ ਆ, ਮੈਂ ਇਕੱਠਾ ਕਰਕੇ ਰੱਖ ਲਊ, ਜਿਤੇ ਕਿਤੇ ਉਰਾਂ ਪਰਾਂ ਗਈ ਹੋਈ ਉਦੋਂ ਦੇ ਦਿਆ ਕਰੂੰਗੀ।
ਕੁੜੇ ਬਾਬੂ। ਹਾਂ ਮਾਂ। ਮੈਂ ਪਿਲਸਣ ਲਿਆ ਮਾਂ, ਚੰਗਾ ਬਰਨਾਲੇ ਜਾਂਦੀ ਆ। ਹਜੇ ਤਾਂ 2 ਤਰੀਕ ਹੋਈ ਆ ਮਾਂ, ਐਡੀ ਛੇਤੀ ਪਿਲਸਣ ਕਿੱਥੋਂ ਮਿਲ ਜੂ? ਮੈਂ ਕਿਸੇ ਨੂੰ ਪੁੱਛਿਆ ਸੀਗਾ, ਕਹਿੰਦੇ ਪਿਲਸਣ ਆਈਆਂ ਪਈਆਂ ਨੇ ਕਿਹਾ। ਮੈਂ ਗਈ ਤੇ ਆਈ, 2-4 ਦਿਨ ਠਹਿਰ ਕੇ ਵਗ ਜਾਂਦੇ ਐਵੇਂ, ਤੁਹਾਡਾ ਗੇੜਾ ਪਊ ਜੇ ਨਾ। ਤੂੰ ਨੰਨਾ ਨਾ ਪਾ, ਤੈਨੂੰ ਦੱਸ ਕੇ ਦਿੱਤਾ ਨੰਨਾ ਪਾਉਣ ਲੱਗ ਜਾਂਦੀ ਆ। ਮੈਂ ਤਾਂ ਤੁਹਾਡੇ ਭਲੇ ਲਈ ਵੀ ਕਹਿੰਦੀ ਸੀ ਵਗ ਜਾਓ, ਮੈਨੂੰ ਤਾਂ ਇਹਨੂੰ ਕਿ ਤਕਲੀਫ ਹੁੰਦੀ ਆ, ਜਾਣਾ ਮੈਂ ਆ। ਇਹ ਭੌਂਕੀ ਜਾਂਦੀ ਆ ਕੀ, ਤੈਨੂੰ ਪਤਾ ਮੈਂ ਕਿੱਥੇ ਜਾਂਦੀ ਆ ਦੱਸ। ਕੋਈ ਨੀ ਜੀਂਦਾ ਅੱਜ ਘਰੇ। ਕੁਲਦੀਪ। ਹਾਂ ਘਰੇ ਹੀ ਆ ਮੈਂ, ਮੈਂ ਕਿੱਥੇ ਜਾਣਾ ਗਾ, ਜਾਂਦੀ ਤਾਂ ਤੇਰੀ ਮਾਂ ਗਈ। ਹਾਂ ਦੱਸੋ। ਕੀ ਦੱਸਾਂ, ਲੈ ਮਾਂ ਦੀ ਗੱਲ ਸੁਣ ਲਾ। ਮੈਂ ਡੈਰੀ ਗਿਆ ਉੱਥੇ ਹਿਸਾਬ ਕਰਾਉਣ, ਮੈਂ ਕਿਹਾ ਚੱਲ ਉਹ ਤੋਂ ਲਿਆਉਂਦੇ 2,000-2,500 ਰੁਪਇਆ ਜਿਹੜਾ ਬਣਦਾ ਉਹ ਦੁੱਧ ਦਾ। ਉਹਨੇ ਜਦੋਂ ਹਿਸਾਬ ਕਰਿਆ, ਉਹ ਕਹਿੰਦਾ ਕੱਲ ਚਾਚੀ ਪੈਸੇ ਤਾਂ ਲੈ ਗਈ ਮੈਥੋਂ 2,000 ਰੁਪਇਆ। ਲੈ ਜੇ ਉਹ 2,000 ਰੁਪਇਆ ਫੜ ਲਈ, ਫਿਰ ਆਪਾਂ ਘਰ ਦਾ ਸੌਦਾ ਪੱਤਾ ਕਿੱਥੋਂ ਲਿਆਵਾਂਗੇ? ਘਰ ਦਾ ਸਾਰਾ ਖਰਚਾ ਤਾਂ ਦੁੱਧ ਤੇ ਚੱਲਦਾ ਗਾ। ਸੌਂਕਾ ਜੀ, ਉੱਥੇ ਡੈਰੀ ਚ 10 ਬੰਦੇ ਬੈਠੇ, ਮੇਰੀ ਬੇਇੱਜ਼ਤੀ ਹੋ ਗਈ। ਉਹ ਕਹਿੰਦੇ 500 ਹਜੇ ਸੋਡੇ ਕਨੀ ਨਿਕਲਦਾ। ਬੇਇੱਜ਼ਤੀ ਤਾਂ ਹੋਣੀ ਆ ਜਦੋਂ ਤੂੰ ਵੀ ਜਾ ਕੇ ਮੰਗ ਲੈ, ਪਹਿਲਾਂ ਮਾਂ ਫੜ ਲਈ, ਅਗਲਾ ਕੋ ਘਰੇ ਦੱਸ ਦੂਗਾ ਹੀ ਨਹੀਂ ਬੁੜੇ, ਆਈ ਚੱਕ ਕੇ ਮੂੰਹ ਆ ਗਿਆ ਪੈਸੇ। ਨਾ ਮਾਂ ਗਈ ਕਿੱਥੇ ਅੱਜ? ਬਰਨਾਲੇ ਗਈ ਆ ਕਿ ਪੈਨਸ਼ਨ ਕਢਾਉਣ? ਲੈ ਪੈਨਸ਼ਨ ਕਾਹਦਾ ਕਢਾਉਣ, ਪੈਨਸ਼ਨ ਤਾਂ ਉਹਦਾ ਬਹਾਨਾ, ਗਈ ਤਾਂ ਉਹ ਕੁੜੀ ਕੋਲ ਹੀ ਹੋ। ਰੱਬ ਜਾਣੇ ਹੁਣ ਤਾਂ ਆਈ ਤੋਂ ਹੀ ਪਤਾ ਲੱਗੂਗਾ। ਤੁਸੀਂ ਪੁੱਛੇ ਤਾਂ ਸਹੀ ਕਰਿਓ ਗੱਲ, ਤਪਾ ਮਾਰਿਆ ਆ ਜਾਂਦੀ ਆ, ਪੁੱਛ ਲੈਣੇ ਆਉਣ ਵਾਲੀ ਹੋਊਗੀ, ਸਵੇਰ ਦੀ ਗਈ ਆ ਕਿਹੜਾ ਹੁਣ ਦੀ ਗਈ ਆ। ਤੁਸੀਂ ਬਹਿ ਜਾਓ, ਆ ਜਾਂਦੀ ਆ, ਬੱਸ ਦਾ ਵੀ ਟਾਈਮ ਹੀ ਹੋਇਆ ਪਿਆ। ਆ ਜਾ ਮਾਂ, ਮੈਂ ਤਾਂ ਥੱਕ ਗਈ, ਇੱਥੇ ਬਹਿ ਜਾ। ਓਹੋ ਇਹ ਕਿੱਡਾ ਭਾਰੀ ਬੈਗ ਆ। ਹੋਰ ਲੈ ਮਾਂ, ਆਵਾਜ਼ ਤਾਂ ਮਾਰਦੇ, ਪਾਣੀ ਤਾਂ ਲਿਆ ਦੂ ਭਾਬੀ। ਪੁੱਟ ਤੈਨੂੰ ਦਿਸਿਆ ਨੀ, ਪਾਣੀ ਧਾਣੀ ਤਾਂ ਫੜਾ ਦਿਆ ਕਰ, ਹੈਥੀ ਬੜੀ ਬੈਠੀ ਆ ਰਸੋਈ ਚ। ਸਾਰਾ ਪਤਾ ਗਾ, ਤੇਰੀ ਗੇਟ ਖੜਕ ਦਾ ਪਤਾ ਨੀ ਲੱਗਿਆ? ਉਹੀ ਤਾਂ ਗੱਲ ਆ ਮਾਂ, ਕਾਹਨੂੰ ਪਤਾ ਲੱਗਦਾ ਗਾ। ਆਈ ਕਰਦੀ ਆ, ਮੇਰੀ ਗੱਲ ਸੁਣ। ਹਜੇ ਵੀ ਨੀ ਦਿਖਦੀ ਆਉਂਦੀ ਮੈਨੂੰ ਤਾਂ। ਤੈਨੂੰ ਸਾਰਾ ਸਮਾਨ ਕੁਛ ਪੈਸੇ ਸਾਂਭ ਕੇ ਰੱਖ ਲਈ, ਉਹ ਕਈ ਦਿਨਾਂ ਤੋਂ ਗੇੜਾ ਮਾਰੀ ਜਾਂਦਾ ਨਾ, ਸ਼ੱਕ ਹੋਣ ਲੱਗ ਪਿਆ। ਚੱਲ ਕੋਈ ਨਾ ਮਾਂ, ਤੂੰ ਵਾਰ ਵਾਰ ਗੱਲਾਂ ਛੇੜਿਆ ਕਰ, ਫਿਰ ਇਹਨਾਂ ਨੂੰ ਵੱਧ ਹੋ ਜਾਊ। ਕਿੱਥੇ ਇਹਨਾਂ ਨੂੰ ਸ਼ੱਕ ਹੋ ਗਿਆ ਕਿ ਕੁੜੀ ਨੂੰ ਦਿੰਨੀ ਆ ਤੂੰ? ਕਿਉਂ ਦੇਣਾ ਨੀ, ਕਹਿ ਕੁੜੀ ਕਿਹੜਾ ਜ਼ਮੀਨ ਤੋਂ ਹਿੱਸਾ ਲੈ ਕੇ ਗਈ ਆ? ਕਿੱਦੇ ਤੁਸੀਂ ਬੋਲਦੇ ਬੰਨਾ ਕਿ ਇੱਥੇ ਹੀ ਕੁੜੀ ਨੂੰ ਗਈ? ਉਹੀ ਤਾਂ ਗੱਲ ਆ ਮਾਂ, ਹੁਣ ਮੈਂ ਤਾਂ ਤੰਦਰਾ ਵਾਲੀਆਂ ਮੰਗਣ ਲੱਗ ਗਈ ਮੇਰੀਆਂ। ਛਾਓ ਜਿਹੜੀਆਂ ਤੂੰ ਮੈਨੂੰ ਦਿੱਤੀਆਂ ਸੀ। ਹਾਂ ਕਹਿੰਦੇ ਬਾਲੀਆਂ ਦੇ ਦੇ, ਮੈਂ ਕਿਹਾ ਮੈਂ ਤਾਂ ਕੁੜੀ ਨਹੀਂ ਦੇਤੀ। ਉਹ ਕਾਂ ਨੂੰ ਬੀਰੇ ਚੰਨੇ ਬਾਲ ਛਣ ਹੈ ਨਹੀਂ, ਆ ਚੰਟੋ ਚੁੰਡੜੀ ਹੈਗੀ ਨਾ ਚੱਕਰ ਚਲਾ ਕੇ, ਇਹੀ ਲਾਉਂਦੀ ਆ ਲੋਕੀਆਂ ਦਾ। ਕਿਹਾ ਗੱਗਾ ਬਾਲੀ ਮੇਰ ਜੀ ਕਰਦਾ ਭਾਬੀ ਦੀ, ਉਹ ਤਾਂ ਨੀ ਦਾਲ ਚ ਕੁਛ ਕਾਲਾ ਕੀ ਪਤਾ ਭਾਈ, ਅੱਜ ਕੱਲ ਪਤਾ ਨੀ ਲੱਗਦਾ ਹੁੰਦਾ ਲੋਕਾਂ ਦਾ, ਹਨਾ ਕੀ ਤੋਂ ਕੀ ਹੋ ਜਾਂਦਾ। ਦੁਬਾਰੇ ਮਾਰ ਲਾ ਆਵਾਜ਼ ਜੇ ਆਜੂਗੀ ਤਾਂ। ਮੈਂ ਤੈਨੂੰ ਗੱਲ ਕਰਦੀ ਆ, ਨਹੀਂ ਉਹ ਆਜੂਗੀ। ਕਹਿੰਦੇ ਕਿ ਨਾਨਕ ਸ਼ੱਕ ਭਰੀ ਆ ਤਾਂ ਦਿੱਤੀਆਂ ਨਾ ਬਾਲਗਾ, ਇੱਕ ਮਿੰਟ, ਆ ਡੂਢ ਤੋਲੇ ਦੀਆਂ ਬਾਲੀਆਂ ਨੇ, ਆ ਡੂਢ ਤੋਲੇ ਦੀਆਂ ਬਾਲੀਆਂ ਨਾਲ ਸ਼ੱਕ ਭਰੀ ਜਾਊਗੀ? ਸ਼ੱਕ ਤੇ 2-2.5 ਲੱਖ ਰੁਪਇਆ ਲੱਗਦਾ ਹੁੰਦਾ। ਮਾਰਦੀ ਆ ਗੱਲਾਂ, ਜ਼ਮੀਨ ਸਾਂਭੀ ਬੈਠੇ ਮੇਰੀ 1.25 ਕਿੱਲਾ, ਹਾਂ ਮਿੰਟ ਚ ਦੀ ਵੰਡਾ ਕੇ ਲੈ ਜਾਊ। ਉਹੀ ਤਾਂ ਗੱਲ ਆ, ਚੱਲ ਇਹ ਤਾਂ ਮੁੱਕਣ। ਕੁੜੇ ਆ ਜਾ, ਇਹ ਦੋਹੇ ਹੁਣ ਕਿੱਧਰੋਂ ਆਈਆਂ ਨੇ ਮਾਮਾ ਧੀਆਂ?
ਮਾਂ ਪੈਨਸ਼ਨ ਲੈਣ ਬਰਨਾਲੇ ਗਈ ਸੀ ਕਹਿੰਦੀ ਸੀ, ਉੱਥੇ ਦੋਨੇ ਇਕੱਠੀਆਂ ਹੋ ਗਈਆਂ ਹੋਣਗੀਆਂ। ਇਹਨਾਂ ਦੀ ਫੋਨ ਤੇ ਗੱਲ ਹੋਈ, ਆ ਜਾ ਚੱਲ ਦੇਖਦੇ ਆ ਕੀ ਕਹਿੰਦੇ। ਦੇਖਦਾ ਸੀ ਕਿਵੇਂ ਬੈਗ ਭਰ ਕੇ ਲਿਆਈਆਂ ਨੇ। ਲੈ ਭੈਣੇ ਪੰਗ। ਮੈਂ ਤੁਸੀਂ ਕਿੱਥੇ ਇਕੱਠੀਆਂ ਹੋ ਗਈਆਂ? ਬੇ ਬੱਸ ਚ, ਉਸੇ ਬੱਸ ਚ ਮੈਂ ਚੜੀ ਸੀ, ਇਹ ਪਹਿਲਾਂ ਬੈਠੀ ਮੇਰੇ ਨਾਲ। ਤੇ ਮਾਂ ਹਾ ਬੈਗ ਚ ਕੀ ਆ? ਓ ਬਾਮੀ, ਇਸ ਦਾ ਮੇਰੇ ਤੇ ਜਵਾਕਾਂ ਦੇ ਕੱਪੜੇ ਨੇ, ਆ ਦੇਖ ਨਾਲੇ ਮੇਰੀ ਜੁੱਤੀ ਹੈ। ਲੈ ਬਾਈ ਦੇਖ ਲਾ, ਮੈਨੂੰ ਦੋਜੀ ਨੇ ਆਪ ਦੱਸਿਆ, ਤੂੰ ਮੇਰੇ ਮੂੰਹ ਤੇ ਸੱਦ ਕੇ ਲਿਆ। ਲੈ ਹੁਣ ਕਿਹਨੂੰ ਕਿਹਨੂੰ ਮੂੰਹ ਤੇ ਕਰੀਏ? ਪਹਿਲਾਂ ਦੇ ਫੜੇ ਹੋਏ ਨੇ, ਉਹ ਹੁਣ ਕੱਟ ਲੈ ਹੋਣੀ ਉਹਨੇ। ਕਾਹਨੂੰ ਕੱਟ ਲੇ ਮਾਂ? ਉਹ ਤਾਂ ਹੁਣ ਕਹਿੰਦਾ ਹੈਗਾ, ਕਹਿੰਦਾ ਕੱਲ ਲੈ ਕੇ ਗਈ ਆ ਚਾਚੀ ਫੜ ਕੇ। ਉਹ ਤਾਂ ਮੈਂ ਢਿੱਲੀ ਚ ਨੀ ਹੋ ਗਈ ਸੀ, ਉਦੋਂ ਫੜਿਆ ਸੀ 2000 ਰੁਪਇਆ, ਉਹਨੇ ਹੁਣ ਕੱਟ ਲਿਆ। ਨਾ ਮਾਂ ਤੈਨੂੰ ਪਤਾ ਉਹ 2000 ਨਾਲ ਮੇਰੀ ਕਿੰਨੀ ਗਰਜ ਸਰਦੀ ਸੀ, ਤੁਸੀਂ ਮਿੰਟਾਂ ਚ ਲਾਏ ਆ ਇੰਨੇ ਪੈਸੇ ਬਾਜ਼ਾਰ ਚ। ਹੈ ਨਾ ਕੁੜੀਏ, ਤੈਨੂੰ ਨੀ ਸੰਗ ਸ਼ਰਮ ਆਉਂਦੀ? ਚੱਕਦੀਆਂ ਝੋਲਾ ਤੀਜੇ ਦਿਨ ਆ ਜਾਂਦੀਆਂ। ਮੰਨਿਆ ਲੋਕ ਆਪਦੀਆਂ ਧੀਆਂ ਨੂੰ ਦਿੰਦੇ ਹੁੰਦੇ ਨੇ, ਕੋਈ ਸਾਲ ਸਮਾਹੀ ਹੁੰਦਾ ਮਾਂ, ਰੋਜ਼ ਰੋਜ਼ ਥੋੜੋ ਹੁੰਦਾ। ਨਾਲੇ ਇਹ ਤਾਂ ਸਰਦਾ ਵਰਦਾ ਇਹਦੇ ਘਰੇ ਸਭ ਕੁਛ, ਜੇ ਤਾਂ ਕੋਈ ਤੰਗੀ ਫੰਗੀ ਹੋਵੇ ਫਿਰ ਤਾਂ ਮੰਨਦੇ ਆ ਗੱਲ। ਗੱਲ ਸੁਣ ਮੇਰੀ, ਨਾ ਧੀ ਨੂੰ ਮਨਾ ਕਰ, ਘਰੇ ਆਉਣਾ ਨੀ ਮੁੜ ਕੇ ਜੇ ਵਿਆਹੀ ਜਾਵੇ ਤਾਂ। ਜੇ ਮਾਂ ਸਾਲ ਛਮਾਹੀ ਆਵੇ ਨਾਲ ਤਾਂ ਅਸੀਂ ਇਹਦਾ ਆਦਰ ਸਤਿਕਾਰ ਕਰੀਏ, ਸੋਹਣਾ ਲੀੜਾ ਕੱਪੜਾ ਆਪ ਲਿਆ ਕੇ ਦਈਏ। ਹੈ ਨਾਲੇ ਧੀ ਭੈਣ ਘਰੇ ਆਉਂਦੀ ਸੋਹਣੀ ਲੱਗਦੀ ਹੈ, ਲੋਕ ਨੀ ਬੋਲਦੇ ਫਿਰ? ਹੁਣ ਅਸੀਂ ਵੀ ਬੋਲਦੇ ਆ, ਲੋਕ ਵੀ ਬੋਲਦੇ ਆ ਵੀ ਤੀਜੇ ਦਿਨ ਆਈ ਰਹਿੰਦੀ ਹੈ। ਗੱਲ ਨੂੰ ਅਕਲ ਨੂੰ ਹੱਥ ਮਾਰ ਮਾਂ। ਨਾ ਗੱਲ ਸੁਣ, ਇਹਦਾ ਮਤਲਬ ਵੀ ਕੁੜੀ ਆਵੇ ਨਾ ਇੱਥੇ। ਲੈ ਦੇਖ ਲੋ, ਮਾਂ ਤਾਂ ਹਰ ਇੱਕ ਗੱਲ ਨੂੰ ਪੁੱਠੀ ਲੈ ਕੇ ਜਾਂਦੀ ਆ, ਇਹ ਗੱਲ ਨੂੰ ਸਮਝਦੀਆਂ ਨਹੀਂ ਵੀ ਆਪਾਂ ਕਹਿਣਾ ਕੀ ਚਾਹੁੰਦੇ ਆ। ਮਾਂ ਜੇ ਤੈਨੂੰ ਇਹਨਾਂ ਧੀ ਦਾ ਹੈਜ ਆ ਨਾ, ਤੂੰ ਵੀ ਧੀ ਦੇ ਨਾਲ ਵਗ ਜਾ, ਮੈਥੋਂ ਨਹੀਂ ਇਹਨੇ ਖਰਚੇ ਝੱਲੇ ਜਾਂਦੇ ਤੁਹਾਡੇ। ਨਾਲੇ ਤਾਂ ਧੀ ਦਾ ਖਰਚਾ ਚੱਕੀਏ, ਨਾਲੇ ਮਾਂ ਤੇਰਾ ਚੱਕੀਏ। ਹੈ ਚੋਰੀਆਂ ਹੀ 2000 ਰੁਪਇਆ ਲੈ ਜਾਂਦੀ, ਮੈਂ ਕਿੱਥੋਂ ਜਵਾਕਾਂ ਨੂੰ ਖਵਾਉਂ, ਕਿੱਥੋਂ ਮੈਂ ਆਪਦਾ ਢਿੱਡ ਭਰੂ, ਕਿੱਥੋਂ ਇਹਦਾ ਭਰੂ, ਐਂ ਤਾਂ ਸੋਚ ਲਾ। ਤੇਰੀਆਂ ਇਹੀ ਹਰਕਤਾਂ ਸਾਨੂੰ ਚੰਗੀਆਂ ਨਹੀਂ ਲੱਗਦੀਆਂ, ਫਿਰ ਤੂੰ ਕਹਿ ਦਿੰਦੀ ਆ ਮੇਰੇ ਨੂੰਹ ਪੁੱਤ ਮੇਰੇ ਮੂਹਰੇ ਬੋਲਦੇ ਨੇ। ਹਾਏ ਮੈਂ ਆਈ ਬੋਲਣ ਲਾ ਲੈਂਦੀਆਂ ਨੇ। ਇਹ ਇਹਨਾਂ ਦਾ ਮਤਲਬ ਇਹ ਹੈ ਵੀ ਕੁੜੀ ਵਿਆਹੀ ਜਾਵੇ ਮੁੜ ਕੇ ਬੜੀ ਨਾ ਸਾਡੀ ਮਖਤਿਆਰੀ ਹੋ ਜੇ, ਭਰਜਾਈਆਂ ਨੂੰ ਆਏ ਆ। ਨਹੀਂ ਨਹੀਂ ਮਾਂ, ਵੀਰਾ ਔਰ ਭਾਬੀ ਵੀ ਸਹੀ ਕਹਿੰਦੇ ਨੇ, ਮੈਂ ਤਾਂ ਆਪ ਦੇ ਸਵਾਰਥ ਚ ਫਿਰਦੀ ਰਹੀ, ਮੈਂ ਤਾਂ ਤੇਰੇ ਪਿੱਛੇ ਲੱਗਦੀ ਰਹੀ। ਮੈਨੂੰ ਮਾਫ ਕਰ ਦੇ ਵੀਰੇ, ਮੈਂ ਮਾਂ ਮਗਰ ਲੱਗ ਜਾਵੇ, ਮੈਨੂੰ ਮਾਂ ਕਹਿੰਦੇ ਸੀ ਮੇਰੇ ਮਗਰ ਲੱਗ ਜਾਂਦੀ ਸੀ, ਮੈਂ ਆ ਤਾਂ ਕਦੇ ਸੋਚਿਆ ਹੀ ਨਹੀਂ ਵੀ ਤੇਰੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਹੋ, ਨਾਲੇ ਮੇਰੇ ਘਰ ਦਾ ਤਾਂ ਮੇਰਾ ਸਰਦਾ ਵਰਦਾ ਹਰ ਇੱਕ ਚੀਜ਼ ਆ, ਪਰ ਮਦਦ ਤਾਂ ਸਾਰਾ ਕੁਛ ਆ, ਪਰ ਫੇਰ ਵੀ ਮੈਂ ਤੁਹਾਡੇ ਤੱਕ ਝੱਕ ਰੱਖੀ। ਮੈਨੂੰ ਮਾਫ ਕਰ ਦੇ ਵੀਰੇ, ਮੈਂ ਕਦੇ ਸੋਚਿਆ ਨਹੀਂ ਵੀ ਤੇਰਾ ਟੱਬਰ, ਤੇਰਾ ਪਰਿਵਾਰ, ਤੇਰਾ ਘਰ ਕਿਵੇਂ ਚੱਲਦਾ ਹੋ ਇੰਨੇ ਕੁ ਪੈਸਿਆਂ ਨਾਲ, ਮੈਨੂੰ ਮਾਫ ਕਰ ਦੋ ਭਾਬੀ। ਨਾ ਨਾ ਪਿੰਕੀ, ਮਾਫੀ ਕਿਹੜੀ ਗੱਲ ਦੀ, ਦੇਖ ਮਾਂ ਭੈਣ ਸਮਝ ਗਈ, ਤੂੰ ਵੀ ਸਮਝ। ਹਾਂ ਪੁੱਤ, ਮੈਨੂੰ ਐ ਸੀ ਮੇਰੀ ਧੀ ਔਖੀ ਨਾ ਹੋਵੇ, ਮੇਰੇ ਪੁੱਤ ਵੀ ਨਹੀਂ ਤਾਂ ਮੈਂ ਸੋਚਿਆ ਨੀ ਵੀ ਚੱਲ ਸਾਡਾ ਤਾਂ ਗੁਜ਼ਾਰਾ ਚੱਲੀ ਜਾਂਦਾ ਗਾ, ਮੈਂ ਤਾਂ ਇਹ ਸੋਚੀ ਸੀ ਗੱਲ। ਮੈਨੂੰ ਐ ਸੀ ਮੇਰੀ ਧੀ ਕਿਸੇ ਚੀਜ਼ ਤੋਂ ਔਖੀ ਨਾ ਹੋਵੇ ਤਾਂ ਮੈਂ ਇਹਨੂੰ ਦੇ ਦਿੰਦੀ ਸੀ। ਨਹੀਂ ਮਾਂ, ਮੈਨੂੰ ਨੀ ਸੀ ਪਤਾ ਮੇਰਾ ਪੁੱਤ ਵੀ। ਜੇ ਤੈਨੂੰ ਤੇਰੀ ਧੀ ਦਾ ਫਿਕਰ ਆ ਨਾ ਤਾਂ ਸਾਨੂੰ ਵੀ ਆਪਦੀ ਭੈਣ ਦਾ ਫਿਕਰ ਹੁੰਦਾ, ਪਰ ਜਦੋਂ ਭੈਣ ਆਪਦੇ ਘਰੇ ਖੁਸ਼ ਆ, ਰਾਜੀ ਬਾਜੀ ਆ, ਸਭ ਕੁਛ ਪਰਮਾਤਮਾ ਦਿੱਤਾ ਹੋਇਆ, ਇਹਨੂੰ ਆਪਦੇ ਘਰੇ ਵਸਣ ਦੇ ਮਾਂ, ਤੇ ਤੂੰ ਆਪਦੇ ਪੁੱਤ ਦੇ ਘਰ ਦਾ ਵੀ ਵਸਾ। ਹਾਂ ਸਾਡਾ ਵੀ ਫਿਕਰ ਕਰ, ਅਸੀਂ ਕੁਛ ਤਾਂ ਦੁਨੀਆ ਤੋਂ ਲੈਦਾ ਨੀ ਮੰਗਦੇ, ਸਿਰਫ ਆਈ ਕਹਿੰਨੇ ਆ ਵੀ ਘਰ ਦਾ ਗੁਜ਼ਾਰਾ ਹੀ ਚੱਲੀ ਜਾਵੇ, ਕਰਜ਼ਾ ਨਾ ਚੜੇ। ਹੁਣ ਮੈਂ ਮੇਰੇ ਪੁੱਤ ਦਾ ਧਿਆਨ ਰੱਖੂਗੀ, ਇਹਦੀ ਦੇਖਭਾਲ ਕਰੂਗੀ। ਕੋਈ ਨਾ ਪੁੱਤ, ਤੈਨੂੰ ਸਾਲ 6 ਮਹੀਨਿਆਂ ਬਾਅਦ ਤੈਨੂੰ ਦੇ ਦਿਆ ਕਰਾਂਗੇ,
ਤੂੰ ਵੀ ਆਸ ਰੱਖੇਗੀ ਪੇਕਿਆਂ ਦੀ ਆਸ ਰੱਖਦੀ ਆ ਧੀ। ਚੱਲ ਕੋਈ ਗੱਲ ਨੀ, ਇਹੀ ਤੈਨੂੰ ਦੇਣਗੇ ਪੁੱਤ। ਦੇਵਾਂਗੇ ਵੀ ਤੇ ਦੇ ਕੇ ਵੀ ਘਰੇ ਆਵਾਂਗੇ, ਸੰਧਾਰਾ ਲੈ ਕੇ ਆਇਆ ਕਰਾਂਗੇ। ਤੂੰ ਆਸ ਰੱਖੀ। ਹੋਰ ਭਾਬੀ, ਹੋਰ ਮੈਨੂੰ ਕੀ ਚਾਹੀਦਾ ਹੈ? ਨਾਲੇ ਮਾਂ, ਸਹੀ ਗੱਲ ਆ ਭਾਬੀ ਦੀ, ਮਾਵਾਂ ਨੂੰ ਨਾ ਇਕੱਲਾ ਧੀਆਂ ਦੇ ਘਰਾਂ ਕੰਨੀ ਨੀ ਸੋਚਣਾ ਚਾਹੀਦਾ, ਆਪਦੇ ਪੁੱਤ ਕੰਨੀ ਵੀ ਦੇਖਣਾ ਚਾਹੀਦਾ ਹੈ ਵੀ ਮੇਰੇ ਪੁੱਤ ਦਾ ਗੁਜ਼ਾਰਾ ਕਿਵੇਂ ਚੱਲਦਾ। ਤੇ ਮਾਂ, ਤੂੰ ਵੀਰੇ ਦੇ ਘਰ ਦੀ ਕਬੀਲਦਾਰੀ ਨੂੰ ਦੇਖ, ਮੇਰੇ ਘਰ ਦੀ ਕਬੀਲਦਾਰੀ ਦੇਖਣ ਵਾਲੀ ਮੇਰੀ ਸੱਸ ਹੈਗੀ ਹੈ, ਥੋੜਾ ਪ੍ਰਾਹੁਣਾ ਹੈਗਾ, ਮੇਰੀ ਫਿਕਰ ਨਾ ਕਰਿਆ ਕਰੋ। ਚੰਗਾ ਪੁੱਤ, ਚੱਲ ਕੋਈ ਨਾ ਪੁੱਤ, ਚਲੋ ਉਹ ਬਾਲੀਆਂ ਨਾ ਉਹ ਲਿਆ ਕੇ ਦੇ ਦੀ। ਚੰਗਾ। ਹਾਂ ਮਾਂ, ਜਦੋਂ ਮੈਂ ਹੁਣ ਮਿਲਣਾ ਹੀ ਨਾ, ਚਾਹੇ ਤੁਸੀਂ ਪੱਗ ਚੱਲਿਓ, ਬਾਲੀਆਂ ਲਿਆਇਓ, ਨਹੀਂ ਜਿੱਦ ਮੈਂ ਮਿਲਣਾ ਹੀ ਮੈਂ ਆਪੇ ਫੜਾ ਦੂੰ ਤੁਹਾਨੂੰ। ਠੀਕ ਆ। ਚਲੋ ਸ਼ੁਕਰ ਆ ਮਾਂ, ਤੁਹਾਨੂੰ ਟਾਈਮ ਰਹਿੰਦੀ ਸਮਝ ਆ ਗਿਆ, ਆਪਣਾ ਸਾਰਾ ਕੰਮ ਸੈੱਟ ਹੋਜੂ। ਨਾਲੇ ਮਾਂ ਇੰਨੀ ਤੇਰਾ ਧੰਨਵਾਦ ਵੀ ਤੂੰ ਉਹਨੂੰ ਵੀ ਆਪਦਾ ਧੀ ਸਮਝਿਆ, ਹੁਣ ਅੱਜ ਤੋਂ ਬਾਅਦ ਉਹਦੇ ਨਾਲ ਵੀ ਆਪਦੇ ਧੀ ਵਾਲੇ ਨੂੰ ਸੁਖ ਕਰਿਆ ਕਰ। ਇਹੀ ਮੇਰੀ ਧੀ ਹੈਗੀ, ਅਸਲੀ ਨਾ ਧੀ ਨੂੰਹੇ ਹੁੰਦੀ ਆ ਘਰ ਦੀ। ਹਾਂ, ਜਿਹੜੀ ਆਪਣੀ ਧੀ ਹੁੰਦੀ ਆ ਉਹ ਤਾਂ ਬਗਾਨੇ ਘਰ ਚੱਲੀ ਜਾਂਦੀ ਆ, ਤੇ ਨੂੰਹ ਨੇ ਸੇਵਾ ਕਰਨੀ ਹੁੰਦੀ। ਕੋਈ ਨਾ ਪੁੱਤ, ਇਹ ਤਾਂ ਹੈ, ਘਰ ਦੀ ਅਸਲੀ ਤੇ ਨੂੰਹ ਹੀ ਹੁੰਦੀ ਹੈ, ਜੇ ਕੋਈ ਸਮਝੇ ਤਾਂ। ਆਪਣੀਆਂ ਧੀਆਂ ਨਾਲ ਵਿਆਹ ਕੇ ਸਹੁਰੇ ਭੇਜ ਦਿੰਦੇ ਆ, ਸਗੋਂ ਚੰਗਾ ਸਰਦਾ ਵਰਦਾ ਹੁੰਦਾ। ਮਾਵਾਂ ਫੇਰ ਵੀ ਆਪਣੀ ਧੀਆਂ ਦਾ ਵੱਧ ਕਰਦੀਆਂ ਨੇ, ਆਪਦੇ ਪੁੱਤਾਂ ਕੰਨੀ ਤਾਂ ਸੋਚਦੀਆਂ ਹੀ ਨਹੀਂ। ਉਹਨਾਂ ਨੂੰ ਉਹਦੇ ਪੁੱਤਾਂ ਕੰਨੀ ਵੀ ਸੋਚਣਾ ਚਾਹੀਦਾ ਵੀ ਸਾਡੇ ਪੁੱਤ ਦੀ ਕਬੀਲਦਾਰੀ ਕਿੱਦਾਂ ਚੱਲਦੀ ਹੈ। ਨੂੰਹ ਦੇ ਘਰ ਦੀ ਕਬੀਲਦਾਰੀ ਚਲਾਉਣ ਵਾਲੀ ਉਹਦੀ ਸੱਸ ਹੁੰਦੀ ਹੈ ਗਾਹਾਂ, ਤੇ ਸੋ ਆਪਦੇ ਪੁੱਤਾਂ ਦੀ ਵੀ ਮਜਬੂਰੀ ਸਮਝਿਆ ਕਰੋ ਜਿੰਨੀ ਤੁਸੀਂ ਧੀਆਂ ਕੰਨੀ ਸੋਚਦੇ ਹੋ। ਇਹੀ ਅਸੀਂ ਘਰ ਘਰ ਦੀ ਸਟੋਰੀ ਦੱਸਦੇ ਹੁੰਦੇ ਆਗੇ, ਸਾਡੀ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਵੀ ਅਸੀਂ ਲੋਕਾਂ ਨੂੰ ਸੁਨੇਹਾ ਦੇਣਾ ਹੁੰਦਾ, ਬਲਕਿ ਮੈਂ ਮਾੜੀ ਨਹੀਂ, ਅਸੀਂ ਲੋਕਾਂ ਨੂੰ ਸੁਨੇਹਾ ਦਿੰਦੇ। ਸਾਡੇ ਸਮਝਾਉਣ ਦਾ ਮਕਸਦ ਇਹੀ ਹੈ ਵੀ ਪੁੱਤਾਂ ਨੂੰ ਵੀ ਓਨਾ ਹੀ ਸਮਝਿਆ ਕਰੋ ਜਿੰਨਾ ਤੁਸੀਂ ਆਪਣੀਆਂ ਧੀਆਂ ਨੂੰ ਸਮਝਦੇ ਹੋ। ਤੇ ਕਈ ਮਾਵਾਂ ਹੁੰਦੀਆਂ ਨੇ ਹਨਾ ਵੀ ਧੀਆਂ ਦੇ ਕੰਨੀ ਸੋਚੀ ਜਾਂਦੀਆਂ ਨੇ, ਨੂੰਹਾਂ ਨੂੰ ਮਾੜਾ ਸਮਝਦੀਆਂ ਨੇ। ਨੂੰਹਾਂ ਵੀ ਘਰ ਦੀਆਂ ਧੀਆਂ ਹੁੰਦੀਆਂ ਨੇ, ਜੇ ਕੋਈ ਸਮਝੇ ਤਾਂ, ਦਿਲ ਤੋਂ ਮੰਨੇ ਤਾਂ ਧੀਆਂ ਹੀ ਹੁੰਦੀਆਂ ਨੇ ਨੂੰਹਾਂ ਵੀ। ਥੈਂਕ ਯੂ ਸੋ ਮੱਚ, ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਨੂੰ ਕਿਸ ਦੀ ਐਕਟਿੰਗ ਸਭ ਤੋਂ ਜ਼ਿਆਦਾ ਵਧੀਆ ਲੱਗੀ, ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ ਸੋ ਮੱਚ, ਤੇ ਸਾਡਾ ਚੈਨਲ ਹੈ ਮਾਸਟਰ ਖੁੱਡੀ।